ਤੇ ਬਹਾਦਰ ਚਲਾਇਆ ਕਰਨ ਕਿਆ ਵਿਤਾਏ ਪੰਜਾਂ ਪਿਆਰਿਆਂ ਚੌ ਸਹਿਰ ਜਾਗਿਆ ਚਾਰੀਆਂ ਮੁਕਤੀਆਂ ਹੱਟੀਆਂ ਜਪੀਆਂ ਤਪੀਆਂ ਜਿੰਨਾ ਨਾਮ ਜਪਿਆ ਬਣ ਸਕਿਆ ਦੇਖ ਚਲਾਈ ਤੇ ਵਾਹੀ ਦੇਖ ਕੇ ਅਨੰਦ ਕੀਤਾ ਤਿੰਨਾਂ ਪਿਆਰਿਆਂ ਸਚਿਆਰੇ ਦੀ ਪਵਿੱਤਰ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮ ਹੇਤ ਸ਼ੀਸ਼ ਦਿੱਤੇ ਬਲ ਬਲੋ ਜੀ ਹੈ ਜੀ ਜਿਹਾ ਕਿ ਦੇਖਿਆ ਤਿਹਾ ਕੁਮਾਰੇ ਕਦੇ ਆਵੇ ਨਾਨਕਾ ਛੱਦੀ ਉੱਠੀ ਜਾਏ ਰਾਣਾ ਰਾਓ ਨਾ ਪੂਰਾ ਹੈ ਰਾਂਗਣਾ ਤੋਂ ਫਕੀਰ ਬਾਰੀਆ ਤੋਂ ਆਪਣੀ ਕੋਈ ਨਾ ਬੰਦੇ ਧੀ ਦੇ ਵਿਆਹ ਤੇ ਮਾਂ ਧਰਤੀ ਚਿਮਰਤੀਆਂ ਦਾਤਾ ਵਸ ਕਰਦੇ ਸਤਿਗੁਰੂ ਜੀ ਆਏਗੀ ਸਾਸਕ ਦੀ ਹਾਜ਼ਰੀ ਤੈਨੂੰ ਭੇਟਾ ਕਦਮ ਕਦਮ ਲੈ ਕੇ ਰਾਣਾ ਜੀ ਪਰਿਵਾਰ ਵੱਲੋਂ ਆਪ ਜੀ ਦੇ ਹਜ਼ੂਰ ਪਵਿੱਤਰ ਕੜਾਹ ਪ੍ਰਸ਼ਾਦ ਜੀ ਸਦ ਕੇ ਹਾਜ਼ਰ ਹੋਈ ਹੈ ਦਰ ਪ੍ਰਵਾਨ ਹੋਵੇ ਕਈ ਪਾਤਸ਼ਾਹ ਸੁਰਖ ਪਵਿੱਤਰ ਸ਼੍ਰੀ ਪਿਆਰੇ ਬੇਦੋ ਜਿਨ੍ਹਾਂ ਮਿਲਿਆ ਆਪ ਜੀ ਦਾ ਨਾਮ ਚੇਤਿਆ ਆਏ ਨਾਨਕ ਨਾਮ ਤੇਰੇ ਭਾਵੇਂ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਸਰਕਾਰ ਜੋ ਰਾਗੀ ਸਾਹਿਬਾਨਾਂ ਨੇ ਬੜਾ ਰਾਗੀ ਕੀਰਤਨ ਕੀਤਾ ਸਮਰਨ ਕੀਤਾ
ਸਦਾਸ਼ਾਹ ਹੋਏ ਉਸ ਤੋਂ ਮਗਰੋਂ ਆਪਾਂ ਹੁਕਮਨਾਮਾ ਜੋ ਗੁਰੂ ਰਾਮਦਾਸ ਜੀ ਮੁੱਖ ਤੋਂ ਕਿਵੇਂ ਬਾਣੀ ਦਾ ਹੁਕਮਨਾਮਾ ਪਾਸਾ ਕਰ ਦਿੱਤਾ। ਇਹੀ ਮਨੁੱਖੀ ਜੀਵਨ ਸਾਡੀ ਸਿਹਤ ਆ, ਇਸੇ ਦੇ ਆਸਰੇ ਆਪਾਂ ਸਾਰੇ ਸੁਰੱਖਿਆ ਕਰਵਾਉਣ ਦੇ ਆਸਰੇ ਔਰ ਇਹ ਪਰਿਵਾਰ ਵੀ ਇਸ ਗੁਰਬਾਣੀ ਦੇ ਆਸਰੇ ਹੀ ਵਧਿਆ ਫੁੱਲਿਆ। ਗੁਰੂ ਦੀ ਕਿਰਪਾ ਇਸ ਪਰਿਵਾਰ ਤੋਂ ਜਿੱਥੋਂ ਤੱਕ ਭਾਈ ਕਰਤਾਰ ਸਿੰਘ ਜੀ ਨੂੰ ਮਾਰੇ ਮੇਰੇ ਤੋਂ ਪਹਿਲਾਂ ਸਤਿਕਾਰ ਵੀ ਬੁਲਾਇਆ ਹੈ। ਸਾਡੇ ਬਾਪੂ ਕਰਤਾਰ ਸਿੰਘ ਜੀ ਅੰਤਮ ਅਰਦਾਸ ਕਰਦੇ ਜੀ ਗੁਰੂ ਸਾਹਿਬ ਗੁਰੂ ਪਿਆਰੇ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿਹਾ ਕਿਰੇ ਲਿਖਿਆ ਤਿਆ ਹੁਕਮਾਇ ਕਰੇ ਆਵੇ ਨਾਨਕਾ ਸਾਡੇ ਰੱਸੀ ਜਾਏ ਦੇ ਮਾਂ ਬਾਪ ਅਨੁਸਾਰ ਸਾਨੂੰ ਸਾਡੇ ਬਜ਼ੁਰਗ ਸਦੀਵ ਵਿਛੋੜਾ ਦੇ ਗਿਆ ਹੈ। ਉਹਨਾਂ ਦੇ ਜਾਣ ਦਾ ਵਿਛੋੜੇ ਦਾ ਜਿੱਥੇ ਪਰਿਵਾਰ ਦਾ ਬਹੁਤ ਵੱਡਾ ਘਾਟਾ ਪਿਆ, ਉੱਥੇ ਪਿੰਡ ਵਾਸੀ ਸਮੁੱਚੇ ਇਲਾਕੇ ਨੂੰ ਵੀ ਉਹਨਾਂ ਦੇ ਜਾਣ ਦਾ ਬਹੁਤ ਵੱਡਾ ਵਿਛੋੜੇ ਦਾ ਦੁੱਖ ਹੈ। ਕਿਉਂਕਿ ਇਹ ਜਿਹੜਾ ਪਰਿਵਾਰ ਹੈ ਇਹ ਧਾਰਮਿਕ ਤੌਰ 'ਤੇ, ਸਮਾਜਿਕ ਤੌਰ 'ਤੇ, ਰਾਜਨੀਤਿਕ ਮਾਤਮਾ
ਪੁੱਛਿਆ ਕੋਈ ਲੋਕ ਸੀ ਸੋ ਮੈਂ ਮੂਲ ਨਾ ਪਾਇਆ। ਸਤਿਗੁਰ ਕਹਿੰਦੇ ਭਾਈ ਜੋ ਜੀਵ ਆਉਂਦਾ ਹੈ ਸੰਸਾਰ ਤੋਂ ਜਾਂਦਾ ਹੈ ਜਾਣ ਸਮੇਂ ਪ੍ਰਭੂ ਅੱਗੇ ਅਰਦਾਸ ਬੇਨਤੀ ਕਰਨੀ ਹੈ, ਬਾਣੀ ਪੜ੍ਹਨੀ ਹੈ, ਕੀਰਤਨ ਕਰਨਾ ਹੈ, ਕੀਰਤਨ ਸੁਣਨਾ ਹੈ। ਜਾਣ ਵਾਲੇ ਨੂੰ ਸੌਖਾ ਹੋ ਜਾਏ, ਉਹਦਾ ਰਸਤਾ ਸਹਿਣ ਬਣ ਜਾਏ। ਜਿਹੜੇ ਬੰਦੇ ਨਾਮ ਜਪਦੇ ਨੇ, ਬਾਣੀ ਪੜ੍ਹਦੇ ਨੇ, ਪ੍ਰਾਣੀ ਦੇ ਜਾਣ ਤੋਂ ਬਾਅਦ ਅਰਦਾਸ ਕਰਦੇ ਨੇ, ਕਹਿੰਦੇ ਰਸਤੇ ਦੇ ਵਿੱਚ ਉਹਨੂੰ ਕੋਈ ਔਕੜ ਔਖ ਨਹੀਂ ਆਉਂਦੀ। ਆਪਾਂ ਸਾਰੇ ਹੀ ਗੁਰੂ ਅੱਗੇ ਅਰਦਾਸ ਬੇਨਤੀ ਕਰਦੇ ਸਤਿਗੁਰੂ, ਕਿਉਂਕਿ ਕਹਿੰਦੇ ਸਮੇਂ ਜਾਣਾ ਹੈ ਜੋ ਉਪਜੋ ਸੋ ਬਿਰਸ ਹੈ ਪਰੋ ਪਾਲ ਕੇ ਅਕਾਲ ਨਾਨਕ ਹਰ ਗੁਣ ਗਾਏ ਨੇ ਸਾਰ ਸਗਲ ਦਿਨ ਜਾ। ਕਹਿੰਦੇ ਜਿਹੜਾ ਪੈਦਾ ਹੋਇਆ ਉਹਨੇ ਇੱਕ ਦਿਨ ਜਲੇ ਜਾਣਾ, ਕਿਉਂਕਿ ਵਾਰੀ ਆਪੋ ਆਪਣੀ ਕੋਈ ਨਾ ਬੰਦੇ ਧੀ ਵਾਰੀ ਤੇ ਸਭ ਦੀ ਹੈ, ਪਤਾ ਕਿਸੇ ਨੂੰ ਕਦੋਂ ਆਉਣੀ ਹੈ। ਇਹ ਵਾਹਿਗੁਰੂ ਦੇ ਅਰਥ ਹੈ ਸਵਾਸ ਕਿੰਨੇ ਨੇ, ਕਿੰਨੇ ਹੋ ਗਏ, ਬਾਕੀ ਦੇ ਮੀਟਰ ਲੱਗੇ ਹੋਏ ਨੇ ਹਰੇਕ ਚੀਜ਼ ਦਾ, ਕੋਈ ਜਿੰਨੀ ਵੀ ਹੈਗੀ ਹੈ ਬੇਨੀ ਰਹਿ ਗਈ ਇੰਨੀ ਹੋ ਗਈ ਹੈ। ਇਹ ਸਵਾਸਾਂ ਦਾ ਮੀਟਰ ਸਾਡੇ ਕੋਲ ਨੇ ਵੀ ਕਿੰਨੇ ਅਸੀਂ ਭੋਗ ਲਏ ਨੇ, ਕਿੰਨੇ ਰਹਿ ਗਏ, ਕਿੰਨੇ ਹੋ ਗਏ, ਕਦੋਂ ਮੁੱਕ ਰਹੇ ਨੇ। ਇਹ ਵਾਹਿਗੁਰੂ ਦੇ ਅਰਥ ਹੈ ਪਰ ਗੋਰੀ ਆਸ ਤੁਮਾਰੇ ਜੀ ਜੰਤ ਦੇ ਤਾਰੇ, ਇਹ ਗੋਰੀ ਉਸ ਵਾਹਿਗੁਰੂ ਵਾਲੇ ਗਲੇ ਹਮਾਰੇ ਜੇੜੀ ਜੈ ਕੀ ਕਹਿੰਦੇ ਜਾ ਕਿ ਜਦੋਂ ਪਤਾ ਨਹੀਂ ਕਦੋਂ ਕਿੱਧਰ ਰਹਿਣੀ ਹੈ, ਕਿੱਥੇ ਮੁੱਕ ਜਾਣੇ ਸਵਾਸ। ਇਹ ਵਾਹਿਗੁਰੂ ਬੋਲੇ ਹੈ ਆਪਣੇ ਦੀ ਅਰਦਾਸ ਕਰ ਸਕਦੇ ਹਾਂ। ਉਹ ਸਤਿਗੁਰ ਪਾਤਸ਼ਾਹ ਪਾਵਨ ਸ਼ਬਦ ਦਾ ਉਪਦੇਸ਼ ਕੋਸ਼ਿਸ਼ ਕਰਦੇ ਨੇ ਬਾਣੀ ਲਾਈਵ ਪ੍ਰਾਪਤ ਕਰੀਏ। ਸਤਿਗੁਰੂ ਸੱਚੇ ਪਾਤਸ਼ਾਹ ਬਾਣੀ ਦੇ ਸਾਨੂੰ ਸਮਝਣ ਜਾ ਰਹੇ ਨੇ ਬਾਣੀ ਤੋਂ ਆਇਆ ਲਾਹਾ ਲੈਣ ਲੱਗਾ ਕਿਰਤ ਵਪਰੇ ਸਭੂ ਦੀ ਜਲੀ ਲੈਣ ਲੈਣ ਗੁਆਈ ਸੂਰਜ ਕਰਕੇ ਸੁਆਇਆ ਖਾਏ ਹੀਰੇ ਜੈਸਾ ਜਨਮ ਹੈ। ਇਹ ਬਹੁਤ ਹੀ ਅਮੋਲ ਅਮੋਲ ਜਨਮ ਹੈ, ਬਿਰਥਾ ਹੀ ਜਾਏਗਾ ਜੇ ਨਾਮ ਨਾ ਜਪਿਆ। ਜੋ ਸਾਧੂ ਸਾਧ ਸੰਤ ਨਹੀਂ ਆਏ ਦੇਹ ਜੀਵੈ ਦੇਹ ਜੀਵਾ ਸਾਧੂ ਬਾਣੀ ਦੁਆਰਾ ਕਹੇ ਆਇਆ ਰਹਿਣ ਤੋਂ
Ah, yeah.
Thank you.
ਗਰਭ ਕਰਤ ਹੈ ਮਾਇਆ ਗਈ ਤਰ ਡੋਮਣ ਲਗਤ ਹੈ। ਮਨ ਬਚ ਕਰਨ ਰਸ ਕਸੈ ਲਬਾਨਾ ਮਿਣਸ ਗਿਆ ਜਾਏ ਕਉ ਸਮਾਨਾ ਕਹਿ ਰਵਿਦਾਸ ਬਾਜੀ ਜਗ ਪਾਈ ਬਾਜੀ ਵਰਸੋ ਮੋਹੇ ਪ੍ਰੀਤ ਦਰਿਆ। ਸੱਚੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਮਹਾਰਾਜ ਸਮਝਾਉਂਦੇ ਨੇ ਕਿ ਇਹ ਸਰੀਰ ਦਾ ਵੇਰਿਆ ਇਸ ਜਗ ਮੈਂ ਆਏ ਹੈ ਕਿਆ ਤੁਧ ਕਰਮ ਕਮਾਇਆ ਇਹ ਕਰਮ ਕਮਾਇਆ ਤੁਧ ਸਰੀਰਾ ਜਾਂ ਤੂੰ ਜਗ ਮੈਂ ਆਇਆ ਜਿਨ੍ਹਾਂ ਤੇਰਾ ਰਤਨ ਰਚਿਆ ਸੋ ਹਰ ਮਨ ਨਾ ਵਸਾਇਆ ਗੁਰਪ੍ਰਸਾਦੀ ਹਰ ਨਾ ਵਸਿਆ ਤੂੰ ਲਿਖਿਆ ਪਾਇਆ ਕਹਿ ਨਾਨਕ ਇਹ ਸਰੀਰ ਪ੍ਰਵਾਨ ਹੋਆ ਜੇ ਸਤਗੁਰ ਸਿਉਂ ਕਿ ਜਿਨ੍ਹਾਂ ਨੇ ਗੁਰੂ ਦੇ ਨਾਲ ਜਿੱਤ ਲਾ ਲਿਆ ਪ੍ਰਵਾਨ ਗਣੀ ਛੇ ਹੀ ਆਏ ਸਫਲ ਦਿਨਾਂ ਕੇ ਕਾਮਾ ਕਹਿੰਦੇ ਪ੍ਰਵਾਨ ਹੁੰਦੇ ਨੇ ਜਿਨ੍ਹਾਂ ਦੇ ਕੰਮ ਸਭ ਨੇ ਭਾਗ ਅਠੜੇ ਹਰ ਸੰਤ ਤੁਮਾਰੇ ਜਿਨ ਘਰ ਤਨ ਹਰ ਕਾਮਾ ਜਿਨ੍ਹਾਂ ਦੇ ਹਿਰਦੇ ਰੂਪੀ ਘਰ ਦੇ ਵਿੱਚ ਪ੍ਰਭੂ ਦੀ ਯਾਦ ਹੈ ਪਰਮੇਸ਼ਵਰ ਦੀ ਯਾਦ ਹੈ ਕਿਉਂਕਿ ਸਾਨੂੰ ਕਹਿੰਦੇ ਪਰਮੇਸ਼ਰ ਤੇ ਭੁਲਿਆ ਵਿਆਪਨ ਸਭੇ ਰੋਗ ਬੇਮੁਖ ਹੋਏ ਰਾਮ ਤੇ ਲਗਨ ਜਨਮ ਰੋਗ ਫਿਰ ਮੈਂ ਕੌੜੇ ਹੋਏ ਜਿੱਤੜੇ ਮਾਇਆ ਭੋ ਕਹਿੰਦੇ ਫਿਰ ਵਿੱਚ ਹੀ ਸਾਰੇ ਰਹਿ ਜਾਂਦੇ ਨੇ ਜਦੋਂ ਇਹ ਬੰਦੇ ਵਿਸ਼ਵਾਸ ਪੂਰੇ ਹੋ ਜਾਂਦੇ ਫਿਰ ਮੈਂ ਕੌੜੇ ਹੋਏ ਗਏ ਜਿੱਤੜੇ ਮਾਇਆ ਭੋ ਕਹਿੰਦੇ ਨਾਮ ਬਿਨਾ ਦੁੱਖ ਭਾਵੈ ਭਗਤ ਬਿਨਾ ਸੈਂਸਾ ਨੇ ਚੁੱਕੈ ਗੁਰੇ ਭੇਦ ਪਤਾ ਹੈ ਕਿ ਨਾਮ ਤੋਂ ਬਿਨਾਂ ਜੀਵ ਦੁੱਖ ਪਾਉਂਦਾ। ਧੰਨ ਗੁਰੂ ਸੱਚੇ ਪਾਤਸ਼ਾਹ ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਅਬ ਮੈਂ ਕੌਣ ਪਾਉ ਕਰੂੰ ਜੇ ਮੇਰੇ ਮਨ ਕੋ ਸੈਸਾ ਚੁੱਕੈ ਭਾਉ ਲਿਤ ਪਾਰ ਪਰ ਕਹਿੰਦੇ ਕਿਹੜਾ ਪਾਗਰ ਕਿਹੜਾ ਅਪਾਉ ਦਾ ਡਰ ਹੈ ਇਹਦਾ ਸੈਸਾ ਹਟ ਜਾਏ ਇਹ ਸੈਸਾ ਲੱਗੀ ਹੋਈ ਹੈ ਝੋਰਾ ਲੱਗਿਆ ਹੋਇਆ ਚਿੰਤਾ ਲੱਗੀ ਹੋਈ ਮੌਤ ਦੀ ਮਾਲਕ ਮੌਤ ਜਾਂ ਸੀ ਸਭ ਦਰਵਾਜੇ ਭਰ ਬੜੇ ਜਿੱਦ ਕਰਦਾ ਇਨਸਾਨ ਬੰਦਾ ਇਹ ਜੀਵਨ ਮੌਤ ਵਾਸਤੇ ਕਿ ਇਹ ਮੌਤ ਨਾ ਆਵੇ ਫਿਰ ਪਰ ਮੌਤ ਜਿਹੜੀ ਹੈ ਸਾਰੇ ਦਰਵਾਜੇ ਤੋੜ ਕੇ ਆ ਜਾਂਦੀ ਹੈ ਕਿਉਂਕਿ ਸਵਾਸ ਲਿਖੇ ਨੇ ਵਾਹਿਗੁਰੂ ਨੂੰ ਪਤਾ ਕਿੰਨੇ ਲਿਖੇ ਨੇ ਜਿਹਨੇ ਪੂਰੇ ਹੋ ਗਏ ਕਿੱਥੇ ਰੁਕ ਜਾਣੇ ਨੇ ਇਹ ਵਾਹਿਗੁਰੂ ਨੂੰ ਪਤਾ ਸਾਨੂੰ ਤੇ ਪਤਾ ਨਹੀਂ ਇਹ ਮਿਥਿਆ ਕਵਾਂ ਸਮਾਪਤੀ ਕਰਨੀ ਹੈ ਕਹਿੰਦੇ ਸਰੀਰ ਤੇ ਆਤਮਾ ਦੋਨੇ ਜਾਣੇ ਇੱਥੇ ਬੈਠ ਕੇ ਗੱਲਾਂ ਕਰਦੇ ਨੇ ਸਰੀਰ ਆਤਮਾ ਨੂੰ ਬੇਨਤੀ ਕਰਨ ਲੱਗਾ ਕਹਿੰਦਾ ਹੇ ਆਤਮਾ ਤੂੰ ਮੈਨੂੰ ਬਚਨ ਦੇ ਸਤਿਗੁਰਾਂ ਦੀ ਬਾਣੀ ਵਿੱਚ ਫਰਮਾਨ ਆਉਂਦਾ ਮੈਨੂੰ ਬਚਨ ਦੇ ਕਿ ਮੈਂ ਜੋ ਕਿਵੇਂ ਤੈਨੂੰ ਕਵਾਂ ਤੂੰ ਮੇਰੇ ਨਾਲ ਰਹੀ ਤਨ ਕਿਹਾ ਤਨ ਕਹਿ ਤੂੰ ਬਸ ਮੈਂ ਨਾਲੇ ਸੁਖਵਾਸੀ ਬਾਲ ਗੋਪਾਲੇ ਤੁਹਾਡੇ ਬਿਨਾਂ ਕਿਤੇ ਨਾ ਲੇਖੇ ਬਚਨ ਦੇ ਛੋੜ ਨਾ ਜਾਸਾ ਹੈ ਜੀ ਮੈਨੂੰ ਬਚਨ ਦੇ ਆਤਮਾ ਤੂੰ ਮੈਨੂੰ ਬਚਨ ਦੇ ਕਿ ਮੈਂ ਤੈਨੂੰ ਛੱਡ ਕੇ ਨਹੀਂ ਜਾਵਾਂਗੀ ਤੇ ਆਤਮਾ ਨੇ ਆਖਿਆ ਬਿਲਕੁਲ ਝੂਠੀ ਗੱਲ ਹੈ ਫਿਰ ਕਿਹਾ ਉਹ ਹੋਣੀ ਬੰਦਾ ਉਹ ਭਾਰੋ ਠਾਕਰ ਜਿਸ ਕਾਰਨ ਸੰਦਾ ਜਿ
ਜਦੋਂ ਉਹਦਾ ਹੁਕਮ ਆ ਗਿਆ ਮੈਂ ਨਹੀਂ ਦੇਖਣਾ ਤੂੰ ਇਕੱਲਾ ਹੈ, ਮੈਂ ਨਹੀਂ ਦੇਖਣਾ ਤੂੰ ਰਸਤੇ ਵਿੱਚ ਹੈ, ਮੈਂ ਨਹੀਂ ਦੇਖਣਾ ਤੂੰ ਰਾਤ ਹੈ, ਮੈਂ ਨਹੀਂ ਦੇਖਣਾ ਦਿਨ ਹੈ ਕਿ ਤੂੰ ਇਕੱਲਾ ਜਾ ਰਿਹਾ ਹੈ। ਮੈਂ ਤਾਂ ਜਦੋਂ ਉਹਦੀ ਆ ਗਿਆ ਆ ਗਿਆ ਮੇਰਾ ਤੇਰੇ ਨਾਲ ਦਿਆਂ ਨੂੰ ਨਹੀਂ ਦੱਸਣਾ ਕਿ ਤੈਨੂੰ ਲੈ ਚੱਲੇ ਹੁਕਮ ਹੈ। ਫਿਰ ਗਿਆ ਉਹ ਹੁਕਮੀ ਬੰਦਾ ਉਹ ਭਾਰ ਉਠਾ ਕਰ ਇਸ ਬਾਨ ਨਾ ਸਦਾ ਜਿੱਧਰ ਰੱਖ ਹੈ ਇੱਧਰ ਤੂੰ ਸੰਗ ਰਹਿਣਾ ਜਾਂ ਸਦੇ ਦਾ ਉਠ ਸਦਾ ਸਾਰੇ। ਸਾਧੂ ਕਹਿੰਦੇ ਭਾਈ ਜੀਵਨ ਤੇ ਇੰਨਾ ਹੀ ਹੈ ਕਿ ਸਰੀਰ ਤੇ ਨਾਸਵੰਤ ਹੈ ਝੂਠਾ ਹੈ। ਇਸ ਸਰੀਰ ਆਤਮਾ ਜਿਹੜੀ ਹੈ ਆਤਮਾ ਨੇ ਜਵਾਬ ਦਿੱਤਾ ਜੋ ਪਰਮਾਤਮਾ ਨੇ ਭੇਜੀ ਨੌ ਦੁਆਰੇ ਪ੍ਰਗਟ ਹੋਈ ਹੈ ਦਸਵਾਂ ਗੁਰਦਰ ਗਾਇਆ ਗੁਰਦੁਆਰੇ ਲੈ ਭਾਵੇਂ ਇੱਕ ਨਾ ਦਸਵਾਂ ਦੁਆਰ ਗਾਇਆ ਤੈ ਨੇਕ ਰੂਪ ਨਾਮ ਨਿਧ ਇਹਦਾ ਅੰਤ ਨਾ ਜਾਈ ਪਾਇਆ ਕਹਿ ਨਾਨਕ ਹਰ ਪਿਆਰੇ ਜੀਓ ਗੁਫਾ ਅੰਦਰ ਰੱਖ ਕੇ ਵਾਜਾ ਕੌਣ ਵਜਾਇ ਵਜਾਉਣ ਵਾਲਾ ਕੌਣ ਹੈ ਉਹ ਪਰਮਾਤਮਾ ਵਾਹਿਗੁਰੂ। ਇਸ ਪਰਮਾਤਮਾ ਨੇ ਨੌ ਦੁਆਰੇ ਪ੍ਰਗਟ ਕਰਦੇ ਨੇ ਦਸਵੇਂ ਬਿਰਾਜਮਾਨ ਨੇ ਗੁਰਦਾ ਗੱਦੀ ਤੇ ਅਰਦਾਸ ਕੀਤੀ ਤੇ
ਸਤਪੁਰਾਂ ਦੇ ਜਲਾਰ ਕਰਨ ਵਾਸਤੇ ਇਕੱਲਾ ਹੀ ਤੁਰ ਪਿਆ। ਜੰਦਰ ਦਾ ਰਸਤਾ ਵਿਖੜੇ ਰਸਤੇ ਪੈ ਗਿਆ, ਰਸਤਾ ਭੁੱਲ ਗਿਆ, ਭੜਕਦਾ ਫਿਰਦਾ, ਕਦੇ ਇੱਧਰ ਨੂੰ ਜਾਂਦਾ ਦਿਸਦਾ ਨਹੀਂ, ਕਦੇ ਇੱਧਰ ਨੂੰ ਜਾਂਦਾ ਆਵਾਜ਼ਾਂ ਮਾਰਦਾ, ਕੋਈ ਸੁਣਦਾ ਨਹੀਂ, ਕਦੇ ਇੱਧਰ ਨੂੰ ਜਾਂਦਾ ਕਦੇ ਇੱਧਰ ਨੂੰ ਜਾਂਦਾ। ਬੜੀ ਧੁੱਪ ਪੈ ਰਹੀ ਹੈ, ਬੜੀ ਗਰਮੀ ਪੈ ਰਹੀ ਹੈ, ਭੁੱਖ ਲੱਗੀ ਆਈ, ਪਿਆਸ ਲੱਗੀ ਆਈ, ਗੁਰੂ ਦੀ ਪਿਆਸ, ਇਹ ਪਾਣੀ ਦੀ ਪਿਆਸ। ਕਹਿੰਦੇ ਭਾਈ ਕੈਂਠਾ ਬਹਿਬਲ ਹੋ ਕੇ ਧਰਤੀ ਤੇ ਬੈਠ ਗਿਆ ਕਿ ਕੋਈ ਚਾਰਾ ਨਹੀਂ ਚੱਲਦਾ, ਕੋਈ ਰਸਤਾ ਨਹੀਂ ਪਤਾ ਲੱਗਦਾ, ਕੋਈ ਬਾਤ ਨਹੀਂ ਸੁਣਦਾ, ਮੈਨੂੰ ਦਿਸਦਾ ਨਹੀਂ ਕਿੱਧਰ ਜਾਵਾਂ। ਜਦੋਂ ਸਾਰੇ ਆਸਰੇ ਢਹਿ ਜਾਂਦੇ, ਫਿਰ ਇੱਕ ਆਸਰਾ ਰਹਿੰਦਾ ਗੁਰੂ ਦਾ। ਸਤਗੁਰੂ ਫਿਰ ਬਾਹਾਂ ਪਕੜ ਕੋਲ ਕੱਢਿਆ, ਸੋਈ ਕੁਦਰਿਆ ਪਾਰ। ਜਦੋਂ ਅਰਦਾਸ ਕੀਤੀ ਨਾ ਮਨ ਕਰਕੇ ਭਾਈ ਬੈਠੇ ਨੇ, ਪ੍ਰਭ ਕੀਜੈ ਕਿਰਪਾ ਨਿਧਾਨ, ਹਮ ਹਰ ਗੁਣ ਗਾਵੇਂਗੇ, ਹੋ ਤੂਰੀ ਕਰੂੰ ਨਿਤਿਆਸ, ਪ੍ਰਭ ਕਬ ਗੱਲ ਆਵੇਂਗੇ, ਮੁਇ ਦੂਜੀ ਨਾਹੀ ਫੌਰ ਜਿਸ ਪੈ ਹਮ ਜਾਵੇਂ। ਇਸ ਧੰਨ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਵੀਰੀ ਪੀਰ ਦੇ ਮਾਲਕ ਦੁਪਹਿਰ ਦਾ ਸਮਾਂ ਇੱਥੇ ਦਮ ਉੱਠ ਕੇ ਬਹਿ ਗਏ। ਸਿੱਖਾਂ ਨੂੰ ਕਹਿਣ ਲੱਗੇ ਘੋੜਾ ਲਿਆਓ ਜਾਣਾ। ਕਿਸੇ ਕਹਿਣ ਲੱਗੇ ਸੱਜੇ ਪਾਤਸ਼ਾਹ ਬੜੀ ਗਰਮੀ ਹੈ, ਜਾਣ ਦਾ ਸਮਾਂ ਨਹੀਂ, ਰਾਮ ਦਾ ਸਮਾਂ। ਸੱਜੇ ਪਾਤਸ਼ਾਹ ਕਹਿਣ ਲੱਗੇ ਵੀ ਸਿਰਫ ਯਾਦ ਕਰ ਰਿਹਾ। ਗੁਰਸਿੱਖਾਂ ਇੱਕੋ ਪਿਆਰ, ਗੁਰਮਿੱਤਾ ਪੁੱਤਾ ਭਾਈਆਂ। ਗੁਰੂ ਇੰਨਾ ਪਿਆਰ ਕਰਦਾ ਸਿੱਖ ਦੇ ਨਾਲ ਕਿ ਜਿਵੇਂ ਪੁੱਤਰ ਦੇ ਨਾਲ ਪਿਤਾ ਕਰਦਾ। ਸਤਗੁਰ ਘੋੜੇ ਤੇ ਸਵਾਰ ਹੋਏ, ਘੋੜਾ ਚਲਾਇਆ, ਕਿੱਥੇ ਪਹੁੰਚੇ? ਜਗ੍ਹਾ ਦੇ ਵਿੱਚ ਜਿੱਥੇ ਭਾਈ ਕੈਂਠਾ ਮਨ ਕਰਕੇ ਗੁਰੂ ਨੂੰ ਯਾਦ ਕਰਦਾ ਹੈ, ਕਦੇ ਉੱਠ ਖੜੋਤਾ, ਕਦੇ ਬੈਠ ਜਾਂਦਾ ਹੈ, ਕਦੇ ਮੁੱਖ ਪਿੱਛੇ ਕਰਦਾ, ਕਦੇ ਇੱਧਰ ਕਰਦਾ ਕਿ ਸਤਗੁਰੂ ਇੱਧਰੋਂ ਆਉਣ, ਮੈਂ ਬੈਠਾ ਹੋਵਾਂ, ਸਤਗੁਰੂ ਵੱਲ ਮੁੱਖ ਨਾ ਹੋਏ, ਬਿੱਠ ਹੋ ਜਾਏ। ਕਦੇ ਕਦੇ ਮੈਂ ਬੈਠੇ ਰਹਿ ਜਾਵਾਂ, ਗੁਰੂ ਆਉਣ ਤੇ ਮੈਂ ਗੁਰੂ ਦਾ ਸਤਿਕਾਰ ਨਾ ਕਰ ਸਕਾਂ। ਮਨ ਵਿੱਚ ਬਲਬਲੇ ਉੱਠਦੇ ਨੇ ਪਿਆਰ ਦੇ। ਹੁਣ ਸਤਗੁਰੂ ਸੱਜੇ ਪਾਤਸ਼ਾਹ ਕੋਲੇ ਪਹੁੰਚੇ, ਭਾਈ ਕੈਂਠਾ ਬੈਠਾ। ਜਦੋਂ ਸਤਗੁਰੂ ਕੋਲੇ ਜਾ ਕੇ ਆਵਾਜ਼ ਮਾਰੀ, ਉਹ ਕੈਂਠਿਆ ਤੂੰ ਯਾਦ ਕੀਤਾ, ਮੈਂ ਆ ਗਿਆ। ਜਦੋਂ ਸੁਣੀ ਆਵਾਜ਼, ਬੜੀ ਕਾਹਲੀ ਦੇ ਨਾਲ ਉੱਠਣ ਲੱਗਾ ਤੇ ਮੂੰਹ ਪਰੇ ਡਿੱਗ ਪਿਆ, ਮੂੰਹ ਪਰੇ ਡਿੱਗ ਪਿਆ। ਸਤਗੁਰੂ ਕਾਹਲੀ ਦੇ ਨਾਲ ਘੋੜੇ ਤੋਂ ਉਤਰੇ, ਸਤਗੁਰਾਂ ਨੇ ਸਿਰ ਨੂੰ ਝੁਕਿਆ, ਕਿਉਂਕਿ ਸਤਗੁਰਾਂ ਨੇ ਆਪਣੇ ਗੋਡੇ ਤੇ ਸਿਰ ਰੁਕੇ ਮੂੰਹ ਪੂਜਿਆ। ਕਹਿੰਦਾ ਵੀ ਉਹ ਕੈਂਠਿਆ ਤੂੰ ਯਾਦ ਕੀਤਾ, ਮੈਂ ਆ ਗਿਆ। ਦੱਸ ਸੱਜੇ ਪਾਤਸ਼ਾਹ ਤੁਸੀਂ ਆ ਗਏ, ਸੱਜੇ ਪਾਤਸ਼ਾਹ ਤੁਸੀਂ ਆ ਗਏ। ਸੱਜੇ ਪਾਤਸ਼ਾਹ ਕਹਿਣ ਲੱਗੇ ਅਸੀਂ ਆ ਗਏ, ਤੂੰ ਯਾਦ ਕਰੇ, ਮੈਂ ਆਵਾਂ ਨਾ ਹੋ ਸਕਦਾ। ਸੱਜੇ ਪਾਤਸ਼ਾਹ ਬੜੀ ਕਿਰਪਾ ਕੀਤੀ, ਇਹ ਉਹ ਭਾਵਨਾ ਸੀ ਮਨ ਵਿੱਚ, ਸੁਣਿਆ ਸੀਗਾ ਕਿ ਗੁਰੂ ਦਿਰਾਲ ਦਿੰਦਾ, ਪਰ ਮੈਂ ਦੇਖ ਲਿਆ ਸੱਜੇ ਪਾਤਸ਼ਾਹ ਨੂੰ ਦੇਖਣਾ ਵੀ ਕੀ, ਮੇਰੇ ਅੱਖਾਂ ਦੇ ਵਿੱਚ ਜੋਤ ਨਹੀਂ, ਮੈਂ ਤੁਹਾਡੇ ਦੀਦਾਰ ਕਰ ਸਕਾਂ। ਸੱਜੇ ਪਾਤਸ਼ਾਹ ਨੂੰ ਕਹਿਠਿਆ ਇਹ ਕੋਈ ਵੱਡੀ ਗੱਲ ਹੈ, ਅੱਖਾਂ ਨੂੰ ਮਰ ਅੱਖਾਂ ਦੇ ਨਾਲ। ਜਦੋਂ ਅੱਖਾਂ ਮਰੀਆਂ ਕਹਿੰਦੇ ਖੋਲ ਅੱਖਾਂ, ਜਦੋਂ ਅੱਖਾਂ ਖੋਲੀਆਂ ਦੀਦਾਰ ਹੋ ਗਏ, ਦੀਦਾਰ ਹੋ ਗਏ। ਇਹ ਸਿਰ ਸਤਗੁਰਾਂ ਦੇ ਚਰਨਾਂ ਤੇ ਰੱਖ ਕੇ ਨਿੰਦਰਾਂ ਦੇ ਵਿੱਚੋਂ ਇੰਨਾ ਜਲ ਵਗਿਆ ਕਿ ਗੁਰੂ ਦੇ ਚਰਨ ਪਰਸ ਦਿੱਤੇ ਤੇ ਸੱਜੇ ਪਾਤਸ਼ਾਹ ਸਿਰ ਚੁੱਕਿਆ ਕਹਿਠਿਆ ਕੋਈ ਬੋਲ, ਹੁਣ ਸਿਰ ਰੱਖ ਕੇ ਬੈਠਾ ਹੈ। ਸੱਜੇ ਪਾਤਸ਼ਾਹ ਜੈਸਾ ਸਤਗੁਰੂ ਸੁਣੀਦਾ ਤੈਸੋ ਹੀ ਮੈਂ ਡੀਠ, ਇਹ ਜਿਹਦਾ ਸੁਣਿਆ ਸੀ ਉਹ ਜਿਹਾ ਮੈਂ ਡਿੱਠ ਲਿਆ। ਦਾਤਿਆ ਬੜੀ ਕਿਰਪਾ ਕਰ ਦਿੱਤੀ, ਕਹਿਠਿਆ ਕੁਝ ਮੰਗ, ਮੈਂ ਤੇਰੇ ਤੇ ਪ੍ਰਸੰਨ ਤਾਂ ਮਾਰੇ ਕੁਝ ਮੰਗ ਲੈ। ਇਹਨਾਂ ਦਾ ਸੱਜੇ ਪਾਤਸ਼ਾਹ ਅੱਖਾਂ ਹੀ ਲੈ ਜਾਓ, ਮੈਂ ਗੁਜ਼ਾਰ ਨਹੀਂ ਕਰਨਾ ਚਾਹੁੰਦਾ, ਕਿਤੇ ਨਹੀਂ ਜਾਣਾ ਚਾਹੁੰਦਾ,
ਭਾਵਨਾ ਸੀ ਕਿਰਪਾ ਕਰ ਦਿੱਤੀ, ਕਹਿੰਦੇ ਦਿੱਤੀ ਵਸਤੂ ਵਾਪਸ ਨਹੀਂ ਦੇਣ, ਕੁਝ ਹੋਰ ਮੰਗ ਲੈ। ਕਹਿੰਦਾ ਕੋਈ ਸੱਜੇ ਪਾਸਾ ਬਚਨ ਦਿਓ, ਬਚਨ ਦਿਓ ਮੈਂ ਮੰਗਾ, ਤੁਸੀਂ ਪ੍ਰਵਾਨ ਕਰ ਲਓ। ਕਹਿੰਦੇ ਇਹ ਗੱਲ ਹੋ ਸਕਦੀ ਹੈ, ਤੂੰ ਮੰਗੇ ਤੇ ਮੈਂ ਜਵਾਬ ਦੇਵਾਂ। ਸੱਜੇ ਪਾਤਸ਼ਾਹ ਇਹ ਸਵਾਸ ਜਿਹੜੇ ਮੈਨੂੰ ਬਖਸ਼ੇ ਨੇ, ਬਸ ਮੈਂ ਹੁਣ ਜਾਣਾ ਜੀਣਾ ਨਹੀਂ ਚਾਹੁੰਦਾ, ਪਰ ਤੁਹਾਡੇ ਚਰਨਾਂ 'ਚ ਇਹ ਸਵਾਸ ਦੇਣਾ ਚਾਹੁੰਦਾ ਹੈ, ਜਾਗਣਾ ਚਾਹੁੰਦਾ ਹੈ। ਇਹ ਗੱਲ ਕਹਿ ਕੇ ਸਿਰ ਸਤਿਗੁਰਾਂ ਦੇ ਚਰਨਾਂ 'ਚ ਰੱਖ ਦਿੱਤਾ, ਤੇ ਸਵਾਸ ਜਿਹੜੇ ਸੀ ਉਹ ਗੁਰੂ ਚਰਨਾਂ 'ਚ ਨਿਸਾਵਰ ਕਰਕੇ ਪ੍ਰਵਾਨ ਹੋ ਗਿਆ। ਸਤਿਗੁਰਾਂ ਨੇ ਚੁੱਕਿਆ, ਭਾਈ ਕੈਂਠੇ ਨੂੰ ਲਟਾਇਆ, ਸਤਿਗੁਰਾਂ ਦੇ ਨਾਲ ਗੁਰਮੁਖ ਸਿੱਖ ਸਨ, ਭਾਈ ਕੈਂਠੇ ਦਾ ਸਤਿਕਾਰ ਆਪ ਸਤਿਗੁਰਾਂ ਨੇ ਕਰਾਇਆ, ਉਹ ਪ੍ਰਵਾਨ ਹੋ ਗਿਆ। ਸਤਿਗੁਰ ਪਾਤਸ਼ਾਹ ਨੇ ਕਿਰਪਾ ਕਰ ਦਿੱਤੀ, ਕੀ ਆਖਿਆ ਕਿ ਆਹ ਭਾਈ ਕੈਂਠਾ ਪ੍ਰਵਾਨ ਹੋ ਗਿਆ, ਜੋ ਗੁਰੂ ਦੀ ਬਾਣੀ ਪੜ੍ਹਨ ਵਾਲਾ, ਗੁਰੂ ਦਾ ਸਿਮਰਨ ਕਰਨ ਵਾਲਾ, ਗੁਰੂ ਗੁਰੂ ਕਰਨ ਵਾਲਾ, ਉਹ ਪ੍ਰਵਾਨ ਹੋ ਜਾਂਦਾ ਭਾਈ, ਜੋ ਗੁਰੂ ਦੀ ਹਜ਼ੂਰੀ 'ਚ ਬੈਠ ਕੇ ਨਾਮ ਜਪਦਾ ਹੈ, ਗੁਰੂ ਨਾਲ ਜੁੜਦਾ ਹੈ, ਅੰਮ੍ਰਿਤ ਵੇਲਾ ਸੰਭਾਲਦਾ। ਜਪ ਸਾਰੇ ਹੋਈ ਸਰਕਾਰ ਸਰਪੰਚ ਜਿਨ੍ਹਾਂ ਨੇ ਨਗਰ ਦੀ ਨਗਰਾਂ ਦੇ ਵਿੱਚ ਸੇਵਾ ਕੀਤੀ, ਸਤਿਗੁਰਾਂ ਨੇ ਬਖਸ਼ਿਆ ਲਈਆਂ, ਅੱਜ ਸਾਰੇ ਪਰਿਵਾਰ, ਸਾਰ ਸੰਬੰਧੀ ਰਿਸ਼ਤੇਦਾਰ, ਉਹਨਾਂ ਦੀ ਬੇਟੀ ਬੀਬੀ ਸਵਰਨਜੀਤ ਕੌਰ, ਉਹਨਾਂ ਦੇ ਤਰਨਜੀਤ ਸਿੰਘ ਜੀ, ਗੁਰਜੀਤ ਸਿੰਘ ਜੀ, ਗੁਰਜੀਤ ਸਿੰਘ ਜੀ, ਉਹਨਾਂ ਦੇ ਦੋਹਤੇ ਸਰਦਾਰ ਗੁਰਦੀਪ ਸਿੰਘ, ਸਰਦਾਰ ਰਾਜਵੀਰ ਦੀਪ ਸਿੰਘ, ਸਭੂ ਪਰਿਵਾਰ, ਜਿਨ੍ਹਾਂ ਨੇ ਗੁਰੂ ਦਾ ਹੋਰ ਆਸਰਾ ਲੈ ਕੇ ਅਖੰਡ ਪਾਠ ਪ੍ਰਾਰੰਭ ਕਰਾਏ, ਮੇਰੇ ਬਹੁ ਪਾਏ, ਪੂਰੇ ਦਰਬਾਰ ਵਿੱਚ ਬੈਠ ਕੇ ਆਪਾਂ ਗੁਰੂ ਦੀ ਹਜ਼ੂਰੀ ਗੁਰੂ ਕੀ ਬਾਣੀ ਦੇ ਲਾਹੇ ਪ੍ਰਾਪਤ ਕੀਤੇ। ਸਤਿਗੁਰੂ ਕਿਰਪਾ ਕਰੋ, ਉਹਨਾਂ ਨੂੰ ਆਪਣੇ ਚਰਨਾਂ 'ਚ ਨਿਵਾਸ ਪਰਿਵਾਰ ਸਾਥ ਸੰਬੰਧੀ ਰਿਸ਼ਤੇਦਾਰਾਂ ਨੂੰ ਸਭ ਨੂੰ ਪਾਣਾ ਹੁੰਦਾ ਵੱਲ ਬਖਸ਼ਣਾ, ਕਿਰਪਾ ਕਰਨੀ ਸਾਰਿਆਂ ਨੂੰ ਸਿੱਖੀ ਦੀਦਾਰ, ਨਾਮ ਦੀਦਾਰ, ਦੀਦਾਰ, ਕਾਰੋਬਾਰ, ਵਾਜੇ, ਤਰੱਕੀਆਂ, ਤੰਦਰੁਸਤੀਆਂ, ਜਿੰਨੇ ਵੀ ਆਏ ਆ ਭਾਈ, ਗੁਰੂ ਨਾਲ ਜੁੜੀਏ, ਬਾਣੀ ਪੜ੍ਹਿਆ ਕਰੀਏ, ਸਤਸੰਗ ਕਰਿਆ ਕਰੀਏ, ਅੰਮ੍ਰਿਤ ਵੇਲਾ ਸੰਭਾਲੀਏ, ਇਹ ਜੀਵਨ ਦਾ ਹੀ ਹੋਣਾ ਸਭਾ ਹੋਣਾ ਤਾਂ ਆਖਾਂ ਜੀਵਾਂ ਸਿਸਰੇ ਮਰ ਜਾਓ, ਆਖਣੇ ਔਖਾ ਸਾਚਾ ਨਾਮ, ਸਾਚੇ ਨਾਮ ਕੀ ਲਾਵੇ ਭੂਖ, ਉਹ ਭੁੱਖਾ ਖਾਏ ਜਿਹੜੀ ਹੈ ਦੁੱਖ, ਇਹ ਸਾਰੇ ਸਾਰੇ ਦੁੱਖ ਉਹ ਚਲੇ ਜਾਣਗੇ, ਜਦੋਂ ਅਸੀਂ ਗੁਰੂ ਦੇ ਹਜ਼ੂਰੀ ਬੈਠ ਕੇ ਬਾਣੀ ਪੜ੍ਹਾਂਗੇ, ਸਿਮਰਨ ਕਰਾਂਗੇ। ਇਹਦੀਆਂ ਬੇਨਤੀਆਂ ਪਵਾਨ ਉਹ ਵੀ ਸਰਕਾਰ ਜੋ ਸਾਡੇ ਸਰਦਾਰ ਸੁਰਜੀਤ ਸਿੰਘ ਜੀ, ਭਾਈ ਸਾਹਿਬ ਉਹਨਾਂ ਨੇ ਹੁਕਮ ਕੀਤਾ ਸੇਵਾ ਕਰ ਰਹੇ ਗੁਰਦੁਆਰਾ ਮੰਜੀ ਸਾਹਿਬ ਆਲਮਗੀਰ, ਜੋ ਸੱਤੇ ਪਾਤਸ਼ਾਹ ਦਾ ਮਹਾਨ ਪਵਿੱਤਰ ਸਥਾਨ ਹੈ, ਉੱਥੇ ਸੱਚੇ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਆਪਣਾ ਸਰਬਾ ਸੰਭਾਲ ਕੇ ਕੀ ਆਖਿਆ, ਇਹਨਾਂ ਕੁਦਰਤ ਕੇ ਸੀ ਸੇਵ ਵਾਰ ਵੀ ਸੋ ਚਾਰ ਚਾਰ ਮੋਏ ਤੋਂ ਕਿਆ ਹੋਇਆ ਜੀਵ ਕਈ ਹਜ਼ਾਰ, ਸਾਨੂੰ ਕੁਦਰਤ ਬਣਾਇਆ, ਅਸੀਂ ਕੁਦਰਤ ਧੀਆਂ ਬਣ ਜਾਈਏ, ਆਪਣਾ ਜੀਵਨ ਗੁਰੂ ਦੇਖੇ ਲਾ ਕੇ ਸਵਾਰੀਏ ਭਾਈ, ਸਵਾਰੀਏ ਸਾਰੇ ਮਿਲ ਕੇ, ਤਾਂ ਹੀ ਸਾਡਾ ਜੀਵਨ ਸਫਲ ਹੋਵੇਗਾ। ਸਤਿਗੁਰੂ ਜੀ ਕਿਰਪਾ ਕਰਨ ਬਿਆਨ ਕੋਲ ਮਾਫੀ, ਸਤਿਗੁਰੂ ਜੀ ਨਾਮਦਾਨ ਸਭ ਦੀਆਂ ਹਾਜ਼ਰੀਆਂ, ਜਿਹੜਾ ਮਾਪਿਆ ਸੰਤਾਂ ਨੇ ਗੁਰੂ ਦੀ ਬਾਣੀ ਦਾ ਸਤਿਕਾਰ ਕੀਤਾ, ਸਤਿਗੁਰੂ ਜੀ ਕਿਰਪਾ ਕਰਨ, ਆਓ ਅਨੰਦ ਸਿੰਘ ਪਾਠ ਅਰਦਾਸ ਹੁਕਮਨਾਮੇ ਮੇਰੇ ਸਾਧੂ ਵਰਨਾਮੇ।
ਅਤੇ ਸ਼੍ਰੀ ਭਗਵਤੀ ਜੀ ਸਹਾਇ ਵਾਰ ਸ਼੍ਰੀ ਭਗਵਤੀ ਜੀ ਕਿਰਪਾ ਸਾਹਿਬ ਦਸਵੀਂ ਪ੍ਰੇਥਮ ਭਗਵਤੀ ਚੰਦਰਕਾਏ ਗੁਰੂ ਨਾਨਕ ਦੇਵ ਧਿਆਏ ਫਿਰ ਅੰਗਦ ਗੁਰਦੇਵ ਅਰਦਾਸ ਰਾਮਦਾਸ ਜੀ ਸਹਾਇ ਅੱਜ ਹਰ ਗੋਬਿੰਦ ਨਾਉ ਚੰਦਰਾਉ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜੇ ਕਿਥੇ ਸਭ ਦੁਖ ਜਾਏ ਤੇ ਬਹਾਦਰ ਚਲਾਇਆ ਕਰਨਾ ਤਿਆ ਵਿਤਾਏ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹਿਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਉਪਦੇਸ਼ ਜੀ ਦਾ ਪੰਜਾਂ ਪਿਆਰਿਆਂ ਚੌਂ ਸਾਹਿਬਜ਼ਾਦਿਆਂ ਚਾਰੀਆਂ ਮੁਕਤਿਆਂ ਹੱਟੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਬਣ ਸਕਿਆ ਦੇਖ ਚਲਾਈ ਤੇ ਵਾਹੀ ਦੇਖ ਕੇ ਅਨੰਦ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਪਵਿੱਤਰ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮ ਹੇਤ ਸ਼ੀਸ਼ ਦਿੱਤੇ ਬੰਦ ਬੰਦ ਕਟਾਏ ਦੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਰਾ ਸਵਾਸਾਂ ਨਾਲ ਮਾਹੀ ਤਿੰਨਾਂ ਦੇ ਪਵਿੱਤਰ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਧਿਆਨ ਕਰਕੇ ਬੋਲੋ ਜੀ ਪ੍ਰਿਥਵੀ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਵਾਹਿਗੁਰੂ ਚਿੱਤਿਆ ਵੇ ਚਿੱਤਿਆ ਨੂੰ ਕਾ ਸਦਕਾ ਸਰਸਕ ਹੋਵੇ ਮਰਦ ਪੰਤ ਦਾ ਆਪ ਵਾਹਿਗੁਰੂ ਨਿਰਮਾਲਿਆਂ ਦੇ ਮਾਂ ਨਿਤਾਣਿਆਂ ਦੇ ਤਾਂ ਨਿਰੋਧਿਆਂ ਦੀ ਖੋ ਨਿਆਸਰਾ ਦੇ ਆਸਰਾ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀਓ ਆਪ ਜੀ ਦੇ ਚਰਨਾਂ ਪਾਵਨ ਚਰਦਾਸ ਬੇਨਤੀ ਜੋ ਜੀ ਹੈ ਜੀ ਜੇ ਹਰ ਕੇ ਦੇਖਿਆ ਤਿਹਾ ਉਸਨੂੰ ਕਮਾਏ ਕਦੇ ਆਵੇ ਨਾਨਕਾ ਛੱਦੀ ਉੱਠੀ ਜਾਏ ਰਾਣਾ ਰਾਓ ਨਾ ਪੂਰਾ ਹੈ ਰੰਗਣਾ ਤੋਂ ਫਕੀਰ ਬਾਰੀਆਂ ਤੋਂ ਆਪਣੀ ਕੋਈ ਨਾ ਬੰਦੇ ਧੀ ਦੇ ਪਰਿਵਾਰ ਨੂੰ ਸ੍ਰੀ ਤੰਦ ਪਾਠ ਤੰਦ ਸੁਹਾ ਭੋਗ ਪਾਏ ਗਏ ਉਪਰੰਤ ਬੈਰਾਗ ਮੈਂ ਕਿੱਥੇ ਕੀਤੇ ਗਏ ਹਨ ਸਤਿਗੁਰੂ ਜੀਓ ਇਹ ਵਿਸ਼ਰੀ ਆਤਮਾ ਵਿੱਚ ਸੰਸਾਰ ਵਿੱਚ ਵਿਚਰ ਜਾ ਕਰੋ ਅਨੇਕਾਂ ਪ੍ਰਕਾਰ ਦੀਆਂ ਜਾਣੇ ਅਣਜਾਣੇ ਭੁੱਲਾਂ ਰੁੱਕਾਂ ਹੋ ਜਾਂਦੀਆਂ ਸਤਿਗੁਰੂ ਜੀਓ ਕੱਲ ਵੀ ਜੀਵ ਹਾਂ ਬਰਸਣ ਹਾਵਲਾ ਕਿਰਪਾ ਕਰਕੇ ਬਰਸ ਲੈਣਾ ਔਰ ਨਾਂ ਚਾਰਨਾ ਆਪ ਆਪਣੇ ਚੱਕਰ ਤੋਂ ਬਚਾ ਕੇ ਰੱਖਣਾ ਪਿੱਛੇ ਪਰਿਵਾਰ ਨੂੰ ਭਾਣਾ ਮੰਨਣਗੇ ਬਰਬ ਤਰਕ ਬਰਸ ਕਰਨੀ ਉਹਨਾਂ ਦੇ ਪਰਿਵਾਰ ਲੜਕੀ ਸਰਬਜੀਤ ਕੌਰ ਲੜਕੇ ਤਰਨਜੀਤ ਸਿੰਘ ਪਰਜੀਤ ਸਿੰਘ ਗੁਰਜੀਤ ਸਿੰਘ ਦੋਤੇ ਗੁਰਦੀਪ ਸਿੰਘ ਰਾਜਜੀਤ ਸਿੰਘ ਸਤਿਗੁਰੂ ਸਾਰੇ ਪਰਿਵਾਰ ਨੇ ਬਰਾਜਮਈ ਹੋ ਕੇ ਉਹਨਾਂ ਦੀ ਅੰਤਮ ਅਰਦਾਸ ਕਰਵਾਈ ਆਪ ਦੀ ਕਿਰਪਾ ਕਰੋ ਪਰਿਵਾਰ ਤੇ ਮਿਹਰ ਭਰਿਆ ਰੱਖੋ ਆਉਣ ਦਾ ਸਮਾਂ ਚੜ੍ਹਦੀਆਂ ਕਲਾਂ ਦਿਨ ਉਗਲੀ ਰਾਤ ਉਗਲੀ ਤਰੱਕੀ ਬਖਸ਼ ਕਰੇ ਪਰਿਵਾਰ
ਸਿੱਖ ਪੰਥ ਦੀ ਸੇਵਾ ਕਰਨ ਦਾ ਮਾਣ ਸਰਕਾਰ ਬਲ ਧਰਤੀ ਸ਼ਕਤੀ ਬਰਸ ਕਰੋ ਪਿਆਰ ਪ੍ਰੇਰਨਾ ਧਰਤੀ ਸਿਮਰ ਦੀਆਂ ਦਾਤਾ ਬਰਸ ਕਰਦੀਆਂ ਸਤਿਗੁਰੂ ਜੀ ਆਏਗੀ ਸਾਧ ਸਿੰਘ ਦੀ ਹਾਜ਼ਰੀ ਤਿਰਖ ਭੇਟਾ ਕਦਮ ਕਦਮ ਲੇਖੇ ਰਾਣਾ ਜੀ ਪਰਿਵਾਰ ਵੱਲੋਂ ਆਪ ਜੀ ਦੇ ਹਜ਼ੂਰ ਪਵਿੱਤਰ ਕੜਾਹ ਪ੍ਰਸਾਦੀ ਸੱਜ ਕੇ ਹਾਜ਼ਰ ਹੋਈ ਹੈ ਦਰ ਪ੍ਰਵਾਨ ਹੋਵੇ ਕਈ ਪਾਤਸ਼ਾਹ ਸੁਰਖ ਪਵਿੱਤਰ ਵਰਤੇ ਕਲਾ ਆਪ ਜੀ ਦੇ ਵਰਤੇ ਚਦਾਇਆ ਵੇ ਸੁਰਾਜ ਖੁਸ਼ੀ ਜਾਵੇ ਆਏਗੀ ਸਾਧ ਸਿੰਘ ਦੀ ਹਾਜ਼ਰੀ ਤਿਰਖ ਭੇਟਾ ਕਦਮ ਕਦਮ ਲੇਖੇ ਰਾਣਾ ਜੀ ਸਤਿਗੁਰੂ ਜੀ ਤ੍ਰਿਠੋ ਕਿਰਪਾ ਕਰੋ ਦਰਗਾਹੀ ਹੁਕਮਨਾਮਾ ਬਖਸ ਕਰਕੇ ਵਿਛੜੀ ਆਤਮਾ ਨੂੰ ਸ਼ਾਂਤੀ ਪਰਿਵਾਰ ਨੂੰ ਭਾਰਾ ਮੰਨਣ ਲਈ ਬਲਸ ਕਰੋ ਸ਼੍ਰੀ ਪਿਆਰੇ ਬੇਦੋ ਜਿਨ੍ਹਾਂ ਮਿਲਿਆ ਆਪ ਜੀ ਦਾ ਨਾਮ ਚੇਤਿਆ ਹੈ ਨਾਨਕ ਨਾਮ ਤੇਰੇ ਭਾਵੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਤੂੰ ਹੀ
ਜਬ ਹਮ ਹੋਤੇ ਤਬ ਤੋ ਨਹੀਂ ਤਬ ਤੋ ਹੀ ਮੈਂ ਨਹੀਂ ਅਥਮ ਜੈਸੇ ਲਹਿਰ ਮਯੋ ਗਦ ਜਲ ਕੇਵਲ ਜਲ ਮਾਧਵੇ ਕਿਆ ਕਹੀਏ ਭਰਮ ਐਸਾ ਜੈਸਾ ਮਾਨੀਏ ਹੋਏ ਨਾ ਤੈਸਾ ਨਰਪਤ ਏਕ ਸਿੰਘਾਸਨ ਸੋਇਆ ਸੁਪਨੇ ਭਇਆ ਭਿਖਾਰੀ ਅਚਤ ਰਾਜ ਸਰਤ ਦੁਖ ਪਾਇਆ ਸੋਗਤ ਭਈ ਹਮਾਰੀ ਰਾਜ ਭਯੰਕਰ ਸੰਗ ਜੈਸੇ ਹੈ ਅਬ ਕਚ ਮਰਨ ਜਨਾਇਆ ਅਨਕ ਕਟਕ ਜੈਸੇ ਭੂਲ ਕਰੇ ਅਬ ਕਹਿਤੇ ਕਹਿਣ ਨਾ ਆਇਆ ਸਰਵੇ ਏਕ ਅਨੇਕ ਸਵਾਮੀ ਸਭ ਘਟ ਕੋਵੈ ਸੋਈ ਕਹਿ ਰਵਿਦਾਸ ਰਾਤ ਪਹਿਲੇ ਰਹਿ ਸਹਿਜੇ ਹੋਏ ਸੋਈ ਸਰਵੇ ਏਕ ਅਨੇਕ ਸਵਾਮੀ ਸਭ ਘਟ ਕੋਵੈ ਸੋਈ ਕਹਿ ਰਵਿਦਾਸ ਹਾਥ ਪੈਲੇ ਰਹਿ ਸਹਿਜੇ ਹੋਏ ਸੋ ਹੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਚੇਅਰਮੈਨ ਸਰਦਾਰ ਕਰਤਾਰ ਸਿੰਘ ਉਹਨਾਂ ਦੀ ਯਾਦ ਦੇ ਵਿੱਚ ਜੋ ਵੱਡੀ ਗਿਣਤੀ ਵਿੱਚ ਉਹਨਾਂ ਦੇ ਰਿਸ਼ਤੇਦਾਰ ਦੋਸਤ ਮਿੱਤਰ ਲੀਡਰ ਸਾਹਿਬਾਨ ਅਤੇ ਅੱਜ ਆਪਾਂ ਉਸ ਪਰਿਵਾਰ ਦੇ ਵਿੱਚ ਬੈਠੇ ਹਾਂ ਜਿਹੜੇ ਪਰਿਵਾਰ ਨੇ ਜਿੱਥੇ ਸਰਦਾਰ ਕਰਤਾਰ ਸਿੰਘ ਉਹਨਾਂ ਦਾ ਜੀਵਨ ਜਿਹੜਾ ਹੈ ਉਹ ਬੜਾ ਹੀ ਸੰਘਰਸ਼ੀ ਜੀਵਨ ਹੈ। ਉਹਨਾਂ ਨੇ ਜਿੱਥੇ ਕਿਸਾਨੀ ਦੇ ਖੇਤਰ ਦੇ ਵਿੱਚ ਵੱਡਾ ਨਾਮ ਖੱਟਿਆ ਹੈ ਉੱਥੇ ਉਹਨਾਂ ਨੇ ਆਪਣੇ ਪਰਿਵਾਰ ਨੂੰ ਧਰਮ ਪ੍ਰਤੀ ਨਿਸ਼ਠਾਵਾਨ ਹੋ ਕੇ ਚੱਲਣ ਦਾ ਜੋ ਮਾਰਗਦਰਸ਼ਨ ਹੈ ਉਹ ਵੀ ਦਿੱਤਾ ਹੈ। ਉਹਨਾਂ ਦੇ ਬੇਟੇ ਤਰਨਜੀਤ ਸਿੰਘ ਜੀ ਅਤੇ ਗੁਰਜੀਤ ਸਿੰਘ ਜੀ ਕਨੇਡਾ ਦੋਤਰੇ ਗੁਰਦੀਪ ਸਿੰਘ ਕਨੇਡਾ ਰਾਜਦੀਪ ਸਿੰਘ ਕਨੇਡਾ ਸੁਪੁੱਤਰੀ ਸਵਰਨਜੀਤ ਕੌਰ ਕਨੇਡਾ ਇਹਨਾਂ ਦਾ ਜਿਹੜਾ ਜੀਵਨ ਹੈ ਇਹਨਾਂ ਨੇ ਬਹੁਤ ਵਧੀਆ ਸੰਸਕਾਰ ਆਪਣੇ ਪਿਤਾ ਜੀ ਤੋਂ ਸਿੱਖੇ ਨੇ। ਆਪਾਂ ਗੁਰਬਾਣੀ ਦੇ ਵਿੱਚ ਵੀ ਪੜ੍ਹਦੇ ਹਾਂ ਗੁਰਮੁਖ ਰਾਹਾ ਲੈ ਗਏ ਮਨਮੁਖ ਚੱਲੇ ਮੂਲ ਗਵਾਏ ਜੀ। ਐਡਾ ਵੱਡਾ ਸਤਿਕਾਰ ਦੁਨੀਆ ਦੇ ਵਿੱਚੋਂ ਲੈ ਕੇ ਜਾਣਾ ਉਹ ਹਰ ਇੱਕ ਦੇ ਹਿੱਸੇ ਨਹੀਂ ਆਉਂਦਾ। ਪਰ ਜੋ ਸਤਿਕਾਰ ਜੋ ਸਨਮਾਨ
ਜੋ ਤੁਹਾਡੇ ਵੱਲੋਂ ਦਿੱਤਾ ਹੋਇਆ ਪਿਆਰ ਹੈ ਉਹ ਆਪਣੀ ਢੋਲੀ ਦੇ ਵਿੱਚ ਪਵਾ ਕੇ ਲੈ ਕੇ ਗਏ ਨੇ, ਉਹਨੂੰ ਸ਼ਬਦਾਂ ਦੇ ਵਿੱਚ ਬੋਲ ਕੇ ਜਾਂ ਲਿਖ ਕੇ ਬਿਆਨ ਨਹੀਂ ਕੀਤਾ ਜਾ ਸਕਦਾ, ਕਿਉਂਕਿ ਉਹਨਾਂ ਨੇ ਪਿੰਡ ਦੀ ਸਰਪੰਚੀ ਵੀ ਕੀਤੀ, ਜ਼ਿਲ੍ਹਾ ਪੁਲਿਸ ਦੇ ਮੈਂਬਰ ਵੀ ਰਹੇ ਅਤੇ PAD ਵੀ ਬਰਨਾਲਾ ਦੇ ਚੇਅਰਮੈਨ ਵੀ ਰਹੇ। ਰਾਜਨੀਤੀ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਜੁੜ ਕੇ ਉਹਨਾਂ ਨੇ ਬਹੁਤ ਵੱਡਾ ਨਾਮ ਆ ਜਿੱਥੇ ਆਪ ਕਮਾਇਆ, ਉੱਥੇ ਉਹਨਾਂ ਦੇ ਸਪੁੱਤਰ ਸਰਦਾਰ ਤਰਨਜੀਤ ਸਿੰਘ ਉਹਨਾਂ ਨੇ ਰਾਜਨੀਤੀ ਦੇ ਖੇਤਰ ਦੇ ਵਿੱਚ ਦੇਸ਼ ਦੀ, ਕੌਮ ਦੀ, ਧਰਮ ਦੀ, ਪਾਰਟੀ ਦੀ ਸੇਵਾ ਕਰਨ ਦਾ ਬੀੜਾ ਚੁੱਕਿਆ ਹੋਇਆ। ਤਰਨਜੀਤ ਸਿੰਘ ਜੀ ਸੰਮਤੀ ਦੇ ਵਿੱਚ ਮੈਂਬਰ ਦੇ ਤੌਰ 'ਤੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਜ਼ਿਲ੍ਹੇ ਦੇ ਸੀਨੀਅਰ ਮੀਤ ਪ੍ਰਧਾਨ ਦੇ ਤੌਰ 'ਤੇ ਉਹਨਾਂ ਦੀਆਂ ਇਹ ਸਵਾਲਾਂ ਨੇ। ਆਪਾਂ ਇਹ ਆਖ ਸਕਦੇ ਹਾਂ ਇਸ ਗੱਠ ਤੋਂ ਕਿ ਗੁਰਮੁਖ ਜਨਰਲ ਸਵਾਰ ਦਰਗਹਿ ਚੱਲਿਆ, ਸੱਚੀ ਦਰਗਹਿ ਜਾਏ ਸੱਚਾ ਪਿੰਡ ਮਿਲਿਆ। ਉਹ ਧਨਵੰਤ ਕੁਲਵੰਤ ਪਤਵੰਤ ਜੀਵਨ ਮੁਕਤ ਜਿਸ ਰਿਤੇ ਭਗਵੰਤ, ਸੁਖਣੀ ਸਾਹਿਬ ਦੇ ਵਿੱਚ ਆਪਾਂ ਪੜ੍ਹਦੇ ਹਾਂ। ਅੱਜ ਸੱਚਮੁੱਚ ਇਹ ਪਰਿਵਾਰ ਇੱਕ ਪ੍ਰਫੁੱਲਤ ਹੈ ਹਰ ਇੱਕ ਖੇਤਰ ਦੇ ਵਿੱਚ। ਉਹਦਾ ਵੱਡਾ ਕਾਰਨ ਹੈ ਕਿ ਇਹਨਾਂ ਦਾ ਰਿਸ਼ਤਾ ਸਿਰਫ ਅਤੇ ਸਿਰਫ ਗੁਰਬਾਣੀ ਦੇ ਵਿੱਚ ਹੈ। ਸੋ ਵੱਡੀ ਗਿਣਤੀ ਦੇ ਵਿੱਚ ਤੁਸੀਂ ਪਹੁੰਚੇ ਹੋ, ਮੈਂ ਬਹੁਤਾ ਸਮਾਂ ਨਾ ਲਵਾਂ। ਬਹੁਤ ਸਾਰੀਆਂ ਪ੍ਰਤਿਸ਼ਠਿਤ ਸ਼ਖਸੀਅਤਾਂ ਇੱਥੇ ਹਾਜ਼ਰ ਨੇ, ਮੈਂ ਉਹਨਾਂ ਦੀ ਵੀ ਹਾਜ਼ਰੀ ਲਵਾਂਗਾ। ਸਭ ਤੋਂ ਪਹਿਲਾਂ ਮੈਂ ਬੇਨਤੀ ਕਰਾਂਗਾ ਸਾਡੇ ਹਲਕਾ ਸ਼ੇਰਪੁਰ ਦੀ ਲੰਮਾ ਸਮਾਂ ਜਿਹਨਾਂ ਨੇ ਨੁਮਾਇੰਦਗੀ ਕੀਤੀ, ਜਿਹਨਾਂ ਦੇ ਨਾਲ ਸਰਦਾਰ ਤਰਨਜੀਤ ਸਿੰਘ ਜੀ ਬਾਬਲਾ ਉਹਨਾਂ ਦੇ ਸਾਥੀ ਬਣ ਕੇ ਸਦਾ ਲਿਖਦੇ ਰਹੇ। ਮੇਰਾ ਕਹਿਣ ਤੋਂ ਭਾਵ ਹੈ ਸਾਬਕਾ ਕੈਬਨਿਟ ਮੰਤਰੀ ਸਰਦਾਰ ਗੋਬਿੰਦ ਸਿੰਘ ਜੀ ਕਾਹਲਾ, ਉਹ ਆਪਣੇ ਵੱਲੋਂ ਆਪਣੇ ਪਰਿਵਾਰ ਵੱਲੋਂ ਸਭ ਤੋਂ ਵਿਛੜੀ ਹੋਈ ਆਤਮਾ ਨੂੰ ਸਾਦਾ ਸਤਿਕਾਰ ਭੇਟ ਕਰਨਗੇ, ਮਾਨਯੋਗ ਸਰਦਾਰ ਗੋਬਿੰਦ ਸਿੰਘ ਜੀ ਕਾਹਲਾ ਸਾਹਿਬ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਯੋਧਾ ਪੁੱਤਰ ਤੇ ਧੀ ਸਭ ਤੋਂ ਪਹਿਲਾਂ ਪਾਤਸ਼ਾਹ ਦੀ ਬਖਸ਼ੀ ਫਤਿਹ ਸਾਂਝੀ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਵੱਡੀ ਗਿਣਤੀ ਵਿੱਚ ਪੰਥ ਪਾਤਸ਼ਾਹ ਗੁਰੂ ਕ੍ਰਿਸ਼ਨਾ ਸ਼ਖਸੀਅਤ ਸਰਦਾਰ ਕਰਤਾਰ ਸਿੰਘ ਜੀ ਨੂੰ ਭਾਵ ਇੰਨੀ ਸ਼ਰਧਾ ਅਤੇ ਸਤਿਕਾਰ ਭੇਟ ਕਰਨ ਲਈ ਸਤਿਗੁਰਾਂ ਦੇ ਦਰਬਾਰ ਵਿੱਚ ਹਾਜ਼ਰੀ ਭਰਨ ਲਈ ਇਕੱਠੇ ਹੋਏ। ਸਰਦਾਰ ਕਰਤਾਰ ਸਿੰਘ ਜੀ ਸਾਡੇ ਸਾਹਮਣਾਂ ਦੇ ਸ਼੍ਰੋਮਣੀ ਅਕਾਲੀ ਦਲ ਦੇ 86 ਯੋਧੇ ਆਗੂ ਸਨ। ਉਹਨਾਂ ਨੇ ਤੁਹਾਨੂੰ, ਸਾਨੂੰ, ਸਮਾਜ ਨੂੰ ਇੱਕ ਨਵਾਂ ਮਾਰਗਦਰਸ਼ਨ ਦਿੱਤਾ। ਅੱਜ ਉਹਨਾਂ ਦੀ ਗੈਰ ਹਾਜ਼ਰੀ, ਉਹਨਾਂ ਦਾ ਵਿਛੋੜਾ
ਸਾਡੇ ਸਭਨਾ ਲਈ ਪਰਿਵਾਰ ਲਈ ਸਹਿ ਵੀ ਹੈ ਕਹਿ ਵੀ ਹੈ ਸਾਨੂੰ ਵੀ ਤੇ ਨਵੇਰੇ ਮਨਿਸਟਰ ਬਣਾ ਕੇ ਮਾਰਗਦਰਸ਼ਨ ਦਿੱਤਾ ਇਸ ਪਰਿਵਾਰ ਨੇ ਇਲਾਕੇ ਦੀਆਂ ਸੰਗਤਾਂ ਨੇ ਤਰਨਜੀਤ ਸਿੰਘ ਬਾਪਲਾ ਉਹਨਾਂ ਦੇ ਬੇਟੇ ਬੇਟੀਆਂ ਸਾਰੇ ਪਰਿਵਾਰ ਸਾਡੇ ਅੰਗ ਸੰਗ ਰਹਿ ਕੇ ਸਾਨੂੰ ਨਰਵਾ ਮਾਣ ਦਿੱਤਾ ਤਰਨਜੀਤ ਸਿੰਘ ਬਾਪਲਾ ਵੀ ਸਰਦਾਰ ਕਰਤਾਰ ਸਿੰਘ ਜੀ ਵਾਂਗ ਜੀ ਯੋਧਾ ਸੋਚਦੇ ਧਰਮ ਬਣੇ ਸਾਡੇ ਨਾਲ ਤੁਹਾਡੇ ਨਾਲ ਸੂਬੇ ਵਿੱਚ ਤੇ ਦੇਸ਼ ਵਿੱਚ ਤੇ ਬਾਹਰ ਵੀ ਜਾ ਕੇ ਸਮਰਚਾ ਪਰਿਵਾਰ ਇਸ ਗੱਲੋਂ ਭਾਗਸ਼ਾਲੀ ਹੈ ਕਿ ਪੁੱਤਰ ਪੋਤਰੇ ਦੋਤੇ ਬੇਟੀਆਂ ਸਾਹਮਣਾ ਨੇ ਮਾਣ ਹਾਸਲ ਕਰਨ ਦੇ ਕਾਬਲ ਸਰਦਾਰ ਕਰਤਾਰ ਸਿੰਘ ਨੇ ਬਣਾਏ ਵੱਡੀ ਗਿਣਤੀ ਵਿੱਚ ਸੰਗਤਾਂ ਕਨੇਡਾ ਤੇ ਹੋਰ ਦੇਸ਼ ਵਿੱਚੋਂ ਪ੍ਰਤਿਬੰਧੇ ਆਏ ਨੇ ਅਸੀਂ ਪਰਿਵਾਰ ਵੱਲੋਂ ਸਾਰਿਆਂ ਦੇ ਸ਼ੁਕਰ ਗੁਜ਼ਾਰ ਹਾਂ ਕਿ ਤੁਸੀਂ ਸਾਡੇ ਸਰਦਾਰ ਕਰਤਾਰ ਸਿੰਘ ਜੀ ਦੇ ਵਿਛੋੜੇ ਦੇ ਸਮੇਂ ਉਹਨਾਂ ਦੇ ਸ਼ਰਧਾਂਜਲੀ ਸਮਾਗਮ ਵਿੱਚ ਪਹੁੰਚ ਕੇ ਸਾਨੂੰ ਹੌਸਲਾ ਦਿੱਤਾ ਸਤਿਗੁਰੂ ਕਿਰਪਾ ਕਰਨ ਜਿਵੇਂ ਆਪਾਂ ਸਾਰਿਆਂ ਨੂੰ ਮਿਲ ਕੇ ਅਰਦਾਸ ਗੁਰੂ ਦਰਬਾਰ ਵਿੱਚ ਕੀਤੀ ਹੈ ਕਿ ਸਰਦਾਰ ਕਰਤਾਰ ਸਿੰਘ ਜੀ ਨੂੰ ਆਪਣੇ ਚਰਨਾਂ ਦੀ ਪ੍ਰੀਤੀ ਬਖਸ਼ਿਸ਼ ਕਰਨ ਸਮੁੱਚੇ ਪਰਿਵਾਰ ਬੱਚਿਆਂ ਨੂੰ ਉਹਨਾਂ ਵਰਗਾ ਨਰਵਾ ਜੀਵਨ ਜਿਉਣ ਦੀ ਸਿੱਖ ਪੰਥ ਦੀ ਆਪ ਤੇ ਸ਼ਾਨ ਲਈ ਕੰਮ ਕਰਨ ਦੀ ਤਾਕਤ ਸਤਿਗੁਰੂ ਬਖਸ਼ਿਸ਼ ਕਰਨ ਤੇ ਉਹਨਾਂ ਦੇ ਵਿਛੋੜੇ ਦਾ ਜਿਹੜਾ ਸਹਿਤ ਸਦਮ ਹੈ ਚੇਲਣ ਦੀ ਸਮਰੱਥਾ ਤੇ ਤਾਕਤ ਸਤਿਗੁਰੂ ਸਾਨੂੰ ਸਾਰਿਆਂ ਨੂੰ ਦੇਣ ਖਾਸ ਤੌਰ ਤੇ ਪਰਿਵਾਰ ਜੀ ਨੂੰ ਤੇ ਰਣਜੀਤ ਸਿੰਘ ਵਾਪਲਾ ਜੀ ਨੂੰ ਕਹਿਣਾ ਚਾਹਾਂਗੀ ਕਿ ਬੇਸ਼ੱਕ ਬਜ਼ੁਰਗਾਂ ਦਾ ਜਿਹੜਾ ਸਾਇਆ ਸਾਡੇ ਸਿਰ ਦੇ ਉੱਤੋਂ ਉੱਠ ਗਿਆ ਉਹਨਾਂ ਦਾ ਰੰਗ ਤਾਂ ਆਪਾਂ ਝੇਲਦੇ ਹੀ ਰਹਾਂਗੇ ਪਰੰਤੂ ਉਹਨਾਂ ਦੀ ਨਰਵੀ ਸੋਚ ਨੂੰ ਲੈ ਕੇ ਅੱਗੇ ਵਧੀਏ ਸਮਾਜ ਦੀ ਸੇਵਾ ਕਰੀਏ ਸਿੱਖ ਪੰਥ ਦੀ ਆਮ ਤੇ ਸ਼ਾਨ ਨੂੰ ਖਿਆਲ ਰੱਖੇ ਨਰੋਏ ਹੋ ਕੇ ਨਰੋਏ ਸੋਚ ਦੇ ਧਾਰਨੀ ਬਣ ਕੇ ਅੱਗੇ ਵਧੀਏ ਇਹੋ ਸੱਚੀ ਸ਼ਰਧਾਂਜਲੀ ਸਰਦਾਰ ਕਰਤਾਰ ਸਿੰਘ ਜੀ ਨੂੰ ਮੈਂ ਆਪਣੇ ਵੱਲੋਂ ਤੁਹਾਡਾ ਸਾਰੀਆਂ ਸੰਗਤਾਂ ਦਾ ਸੇਵ ਕੌਮ ਦੇ ਨਾਤੇ ਸੀਸ ਨਵਾ ਕੇ ਪਿਆਰ ਤੇ ਸਤਿਕਾਰ ਨਾਲ ਸ਼ਰਧਾ ਤੇ ਸਤਿਕਾਰ ਭੇਟ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਗੱਡਾ ਸਿੰਘ ਵਾਲਾ ਪੰਚਾਇਤ ਯੂਨੀਅਨ ਦੇ ਪ੍ਰਧਾਨ ਸਰਦਾਰ ਗਰੀਬ ਸਿੰਘ ਜੀ ਰਾਮਕ੍ਰਿਸ਼ਨਾ ਬੀਬੀ ਪ੍ਰਜਾਨਾ ਆਲਮ ਜੀ ਸਾਬਕਾ ਸੰਸਦੀ ਸਕੱਤਰ ਸਾਬਕਾ ਚੇਅਰਮੈਨ ਸਰਦਾਰ ਰਣਜੀਤ ਸਿੰਘ ਜੀ ਰਧਾਵਾ ਸਾਹਿਬ ਜਥੇਦਾਰ ਅਜਮੇਰ ਸਿੰਘ ਜੀ ਧਨੌਰੀ ਕਲਾਂ
ਡਾਕਟਰ ਜਗਤਾਰ ਸਿੰਘ ਜੀ ਧਨੇਰ, ਚੇਅਰਮੈਨ ਮਾਰਕੀਟ ਕਮੇਟੀ ਸੰਦੌੜ, ਸਰਦਾਰ ਹਰਦੀਪ ਸਿੰਘ ਜੀ ਖਾਗਾ, ਸਾਬਕਾ ਚੇਅਰਮੈਨ ਸਾਹਿਬ, ਉਹਨਾਂ ਤੋਂ ਮੈਂ ਕਹਿਣਾ ਚਾਹੁੰਦਾ। ਹੁਣ ਮੈਂ ਬੇਨਤੀ ਕਰਦਾ ਸਾਡੇ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ, ਸਾਬਕਾ ਵਿਧਾਇਕ ਸਰਦਾਰ ਇਕਬਾਲ ਸਿੰਘ ਜੀ ਝੂਠਾ ਸਾਹਿਬ, ਉਹ ਸਭ ਤੋਂ ਪਿਛਲੀ ਆਤਮਾ ਨੂੰ ਸਾਦਾ ਸਤਿਕਾਰ ਭੇਟ ਕਰਨਗੇ। ਸਰਦਾਰ ਇਕਬਾਲ ਸਿੰਘ ਜੀ ਝੂਠਾ ਸਾਹਿਬ, ਇਸ ਨਾਦਰ ਵਾਲੇ ਇਲਾਕੇ ਦੀ ਬਹੁਤ ਹੀ ਸਨਮਾਨਯੋਗ ਸ਼ਖਸੀਅਤ, ਸਾਡੇ ਸਰਕਾਰ ਦੇ ਬਜ਼ੁਰਗ ਸਰਦਾਰ ਪ੍ਰਕਾਸ਼ ਸਿੰਘ ਜੀ ਦੀ ਅੰਤਮ ਅਰਦਾਸ ਦੀ ਸ਼ਲੋਕ ਸਮੂਹ ਰੂਪ ਸਾਧ ਸੰਗਤ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਅੱਜ ਆਪਾਂ ਰਿਸ਼ਤੇਦਾਰ, ਦੋਸਤ, ਮਿੱਤਰ, ਇਲਾਕਾ ਨਿਵਾਸੀ, ਵੱਖ ਵੱਖ ਧਾਰਮਿਕ ਰਾਜਸੀ ਆਗੂ ਸਾਹਿਬਾਨ, ਬਹੁਤ ਵੱਡੀ ਗਿਣਤੀ ਵਿੱਚ ਬਾਬੂ ਪ੍ਰਕਾਸ਼ ਸਿੰਘ ਜੀ, ਉਹਨਾਂ ਨੂੰ ਸ਼ਰਧਾ ਔਰ ਸਤਿਕਾਰ ਭੇਟ ਕਰਨਗੇ। ਉਹਨਾਂ ਦੇ ਸਮੁੱਚੇ ਪਰਿਵਾਰ ਨਾਲ ਦੁੱਖ ਸਾਂਝਾ ਕਰਨਾ ਹੈ। ਬਾਪੂ ਕਰਤਾਰ ਸਿੰਘ ਜੀ ਸਾਡੇ ਬਜ਼ੁਰਗਾਂ ਦੀ ਉਹ ਪੀੜ੍ਹੀ ਚੋਂ ਸਨ ਜਿਨ੍ਹਾਂ ਨੇ ਆਪਣਾ ਜੀਵਨ ਗੁਰੂ ਨਾਨਕ ਸਾਹਿਬ ਦੇ ਆਸ਼ਰਮ ਸਾਹਿਬ ਅਤੀਤ ਕੀਤਾ। ਕਿਰਤ ਕਰਨੀ, ਧਰਮ ਨਾਲ ਜੁੜ ਕੇ ਰਹਿਣਾ, ਸਮਾਜ ਦੀ ਸੇਵਾ ਕਰਨੀ ਉਹਨਾਂ ਦੇ ਹਿੱਸੇ ਆਇਆ, ਜਿੱਥੇ ਉਹ ਰਾਜਸੀ ਤੌਰ 'ਤੇ ਸ਼੍ਰੋਮਣੀ ਅਕਾਲੀ ਦਲ ਦੇ ਵਫ਼ਾਦਾਰ ਸਿਪਾਹੀ ਦੇ ਤੌਰ 'ਤੇ ਉਹਨਾਂ ਨੇ ਸੇਵਾ ਕੀਤੀ। ਬਿਨਾਂ ਕਿਸੇ ਅਹੁਦੇ ਦੀ, ਜਾਂ ਲਾਲ ਸਾਹਿਬ ਗੁਰਦਾਂ ਬਿਨਾਂ, ਬਿਨਾਂ ਕਿਸੇ ਮਨੋਰ ਤੋਂ ਪੰਥਕ ਰਵਾਇਤਾਂ ਅਨੁਸਾਰ ਆਪਣਾ ਜੀਵਨ ਬਤੀਤ ਕੀਤਾ। ਉਸਦੇ ਨਾਲ ਨਾਲ ਦੂਰ ਵਿਦੇਸ਼ੀ ਨਾਲ ਪਰਿਵਾਰ ਨੂੰ ਵੀ ਬਹੁਤ ਹੀ ਵਧੀਆ ਢੰਗ ਨਾਲ ਸਥਾਪਿਤ ਕੀਤਾ। ਅੱਜ ਪਰਿਵਾਰ ਸਮਾਜਿਕ ਤੌਰ 'ਤੇ, ਆਰਥਿਕ ਤੌਰ 'ਤੇ, ਰਾਜਸੀ ਤੌਰ 'ਤੇ ਬਹੁਤ ਹੀ ਵਧੀਆ ਸਥਾਨ ਲੱਗਦਾ। ਜਿੱਥੇ ਵਿਦੇਸ਼ਾਂ ਵਿੱਚ ਪਰਿਵਾਰ ਨੇ ਸਥਾਪਿਤ ਹੋਇਆ, ਧਰਮਜੀਤ ਸਿੰਘ ਉਹਨਾਂ ਦੇ ਦੋ ਭਰਾ ਵਿਦੇਸ਼ਾਂ ਵਿੱਚ ਸਥਾਪਿਤ ਨੇ, ਅਵਤਾਰ ਧਰਮਜੀਤ ਸਿੰਘ ਹੋਣੀ ਇੱਥੇ ਸਮਾਜ ਦੀ, ਪਾਰਟੀ ਦੀ ਸੇਵਾ ਪੂਰੀ ਦਿਲਚਸਪੀ ਨਾਲ ਨਿਸ਼ਕਾਮ ਰੂਪ ਵਿੱਚ ਕਰ ਰਹੇ ਨੇ। ਇਹ ਸਾਰਾ ਕੁਝ ਬਾਪੂ ਕਰਤਾਰ ਸਿੰਘ ਉਹਨਾਂ ਨੇ ਮੇਰੇ ਸਦਕੇ ਸੰਭਵ ਹੋਇਆ। ਸੋ ਸਤਸੰਗ ਜੀ, ਜਦੋਂ ਅਸੀਂ ਐਸੀਆਂ ਸ਼ਖਸੀਅਤਾਂ ਦੀਆਂ ਅੰਤਮ ਅਰਦਾਸ ਵਿੱਚ ਸ਼ਾਮਿਲ ਹੋਣ ਲਈ ਆਉਂਦੇ ਹਾਂ, ਤਾਂ ਸਾਨੂੰ ਵੀ ਅੱਜ ਕੱਲ੍ਹ ਦੇ, ਕਿਉਂਕਿ ਰਾਜਸੀ ਪਰਿਵਾਰ ਹੈ, ਆਪਾਂ ਸਾਰੇ ਬਹੁਤ ਗਿਣਤੀ ਵਿੱਚ ਰਾਜਸੀ ਲੋਕ ਇਕੱਠੇ ਹੋਏ ਹਾਂ, ਇਹਨਾਂ ਦੇ ਜੀਵਨ ਤੋਂ ਕੁਛ ਨਾ ਕੁਛ ਪ੍ਰੇਰਨਾ ਲੈਣੀ ਚਾਹੀਦੀ ਹੈ। ਉਹਨਾਂ ਬਜ਼ੁਰਗਾਂ ਨੇ ਪੰਥ ਦੀ, ਪਾਰਟੀ ਦੀ ਚੜ੍ਹਦੀ ਕਲਾ ਦੇ ਆਪੇ ਕੁਰਬਾਨ ਦਿੱਤੇ, ਕੋਈ ਸਵਾਰਥ ਆਪਣਾ ਕਦੇ ਮੂਹਰੇ ਨਹੀਂ ਰੱਖਿਆ। ਔਰ ਅਸੀਂ ਅੱਜ ਜੋ ਦੇਖ ਰਹੇ ਹਾਂ ਰਾਜਸੀ ਖੇਤਰ ਵਿੱਚ, ਖਾਸ ਤੌਰ 'ਤੇ ਕਿ ਹਰ ਥਾਂ 'ਤੇ ਸਵਾਰਥ ਭਰ ਹੋਇਆ ਹੈ, ਤਾਂ ਹੀ ਜਿਹੜੀਆਂ ਪ੍ਰਾਪਤੀਆਂ ਨੇ ਉਹਨਾਂ ਵਿੱਚ ਕਮੀਆਂ ਆ ਰਹੀਆਂ ਨੇ, ਪਾਰਟੀਆਂ ਨੂੰ ਵੀ ਔਰ ਵਿਅਕਤੀਗਤ ਤੌਰ 'ਤੇ। ਸੋ ਅੱਜ ਦੱਸਣਾ ਕਿ ਬਾਪੂ ਕਰਤਾਰ ਸਿੰਘ ਉਹਨਾਂ ਦੀ ਅੰਤਮ ਅਰਦਾਸ ਵਿੱਚ ਸ਼ਾਮਿਲ ਹੋਣ ਲਈ ਆ ਰਹੇ ਹਾਂ, ਤਾਂ ਘੱਟੋ ਘੱਟ ਇਹ ਪ੍ਰੇਰਨਾ ਜ਼ਰੂਰ ਲੈ ਕੇ ਜਾਈਏ ਕਿ ਨਿਸ਼ਕਾਮ ਰੂਪ ਵਿੱਚ ਪਾਰਟੀ ਨੂੰ, ਪੰਥ ਨੂੰ ਸਮਰਪਿਤ ਹੋ ਕੇ ਜੀਵਨ ਬਤੀਤ ਕਰੀਏ, ਜਿਸ ਨਾਲ ਪਾਰਟੀ ਔਰ ਪੰਜਾਬ ਦੀ ਚੜ੍ਹਦੀ ਕਲਾ ਹੋਵੇ। ਇਹੀ ਮੈਂ ਸਮਝਦਾ ਸੱਚੀ ਅਸੁੱਖੀ ਸ਼ਰਧਾਂਜਲੀ ਹੋਵੇਗੀ। ਸੋ ਮੈਂ ਇਹ ਬੇਨਤੀਆਂ ਕਰਦਾ ਹੈ ਸਾਡੇ ਸਰਕਾਰ ਯੋਗ ਸ਼ਖਸੀਅਤ ਨੂੰ ਸ਼ਰਧਾ ਔਰ ਸਤਿਕਾਰ ਭੇਟ ਕਰਨਾ। ਸਾਡੇ ਵੀਰ ਧਰਮਵੀਰ ਸਿੰਘ ਜੀ, ਜਿਹਨਾਂ ਨੂੰ ਮੇਰਾ ਬਹੁਤ ਨਿੱਜੀ ਪਿਆਰ, ਬਹੁਤ ਮੁੱਖਿਆ ਪਰਿਵਾਰ ਨੂੰ ਸਾਡਾ ਕਰਦਾ ਹੈ, ਵਧੀਆ ਰੱਖਦਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜ਼ਿਲ੍ਹਾ ਪ੍ਰੀਸ਼ਦ ਮੈਂਬਰ ਇੱਥੇ ਪਹੁੰਚੇ ਨੇ, ਉਹਨਾਂ ਤੋਂ ਮੈਂ ਖਿਮਾ ਚਾਹੁੰਦਾ। ਹਾਜ਼ਰੀ ਲਗਾਉਣਾ ਗੁਰਮੇਲ ਸਿੰਘ ਜੀ ਗਿੱਲ ਸਾਹਿਬ, ਜੋ ਕਿ ਪ੍ਰਧਾਨ ਨੇ ਕੋਆਪਰੇਟਿਵ ਸੁਸਾਇਟੀ ਫੇਰਪੁਰ ਦੇ, ਉਹਨਾਂ ਦਾ ਵੀ ਧੰਨਵਾਦ ਹੈ। ਹੁਣ ਮੈਂ ਬੇਨਤੀ ਕਰਾਂਗਾ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡ ਪ੍ਰਧਾਨ, ਸਾਬਕਾ ਕੈਬਨਿਟ ਮੰਤਰੀ, ਪੰਜਾਬ ਸਰਕਾਰ ਜਥੇਦਾਰ ਤੋਤਾ ਸਿੰਘ ਜੀ, ਉਹ ਆ ਕੇ ਸਭ ਤੋਂ ਪਿਛਲੀ ਆਤਮਾ ਨੂੰ
ਸਰਦਾਰ ਸਤਿਕਾਰ ਪੇਸ਼ ਕਰਨਗੇ ਜਥੇਦਾਰ ਚੋਦਾ ਸਿੰਘ ਜੀ, ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਵਿਰਾਜਮਾਨ ਸਮੁੱਚੀ ਸੰਗਤ ਨੂੰ ਨਿਮਰਤਾ ਨਾਲ ਫਤਿਹ ਮਨਾਉਣਾ ਸਨਮਾਨ ਕਰਨੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਰਦੇ ਵਾਲੇ ਨਾਨਕਾ ਸੱਜੇ ਉੱਠੇ ਦੇ ਮਾਂ ਬਾਪ ਸਾਹਿਬ ਭਾਈ ਕਰਤਾਰ ਸਿੰਘ ਜੀ ਚੇਅਰਮੈਨ ਸਾਹਿਬ, ਕੁਝ ਦਿਨ ਪਹਿਲਾਂ ਅਸੀਂ ਵਿਛੋੜਾ ਲੈ ਗਏ ਸਨ, ਅੱਜ ਆਪਾਂ ਸਾਰੇ ਸੰਗਤ ਦੇ ਰੂਪ ਇਕੱਠੇ ਹੋ ਕੇ ਉਹਨਾਂ ਦੀ ਅੱਖਿਆ ਤੋਂ ਸ਼ਾਂਤੀ ਅਰਦਾਸ ਸ਼ਾਮਲ ਹੋਈਆਂ। ਸਤਿਕਾਰ ਜੋ ਰਾਗੀ ਸਾਹਿਬਾਨਾਂ ਨੇ ਬੜਾ ਰਾਗੀ ਕੀਰਤਨ ਕੀਤਾ, ਸਫਲ ਕੀਤਾ, ਅਰਦਾਸ ਸ਼ਾਮਲ ਹੋਈਆਂ। ਉਸ ਤੋਂ ਮਗਰੋਂ ਆਪਾਂ ਹੁਕਮਨਾਮਾ ਜੋ ਗੁਰੂ ਰਾਮਦਾਸ ਜੀ ਮੁੱਖ ਤੋਂ ਧੀਮੀ ਬਾਣੀ ਦਾ ਹੁਕਮਨਾਮਾ ਆਪਾਂ ਸਾਹਿਬਾਨ ਨੂੰ ਕੀਤਾ। ਇਹੀ ਮਨੁੱਖੀ ਜੀਵਨ ਸਾਡੀ ਸਿਹਤ ਆ, ਇਸੇ ਦੇ ਆਸਰੇ ਆਪਾਂ ਸਾਰੇ ਸਵੇਰ ਧਰਨੇ ਕਰਵਾਉਣ ਦੇ ਆਸਰੇ, ਔਰ ਇਹ ਪਰਿਵਾਰ ਵੀ ਇਸ ਗੁਰਬਾਣੀ ਦੇ ਆਸਰੇ ਹੀ ਵਧਿਆ ਫੁੱਲਿਆ। ਗੁਰੂ ਦੀ ਕਿਰਪਾ ਇਸ ਪਰਿਵਾਰ ਨੂੰ ਜਿੱਥੋਂ ਤੱਕ ਭਾਈ ਕਰਤਾਰ ਸਿੰਘ ਜੀ ਬਾਰੇ ਮੇਰੇ ਤੋਂ ਪਹਿਲਾਂ ਸਤਿਕਾਰ ਵੀ ਬੁਲਾਇਆ ਹੈ, ਬਹੁਤ ਸੋਹਣੇ ਉਹਨਾਂ ਬਾਰੇ ਸ਼ਬਦ ਕਹੇ। ਦਾਸ ਵੀ ਪਾਵੇ ਵੀਹ ਬਾਈ ਸਾਲ ਦੇ ਰਿਸ਼ਤੇ ਜਿਸ ਵੱਲ ਸਾਡੇ ਪਰਿਵਾਰ ਦੇ ਜਗੇ ਇਸ ਪਰਿਵਾਰ ਨੂੰ ਉਸ ਵੇਲੇ ਤੋਂ ਨੇੜੇ ਹੋ ਕੇ ਦੇਖਿਆ ਕਿ ਹਰ ਖੇਤਰ ਵਿੱਚ ਮਨੁੱਖੀ ਜੀਵਨ ਦਾ ਖੇਤਰ ਹੁੰਦਾ, ਪਹਿਲਾਂ ਘਰੇਲੂ ਖੇਤਰ ਕਿਹਾ ਜਾਂਦਾ, ਘਰੇਲੂ ਖੇਤਰ ਵੀ ਗੁਰੂ ਦੀ ਕਿਰਪਾ ਇਸ ਪਰਿਵਾਰ 'ਤੇ ਰਹੀ। ਜੋ ਇੱਥੇ ਕਿਸਾਨੀ ਸਫਲ ਕਿਸਾਨ ਦੇ ਤੌਰ 'ਤੇ ਸੇਵਾ ਕੀਤੀ ਪਰਿਵਾਰ ਨੇ ਕਰਤਾਰ ਸਿੰਘ ਦੀ ਵਾਈ, ਚਾਹੇ ਵਿਦੇਸ਼ਾਂ ਜਾ ਕੇ ਵੀ ਕੈਨੇਡਾ ਦੀ ਧਰਤੀ 'ਤੇ ਜਾ ਕੇ ਬਹੁਤ ਵੱਡਾ ਉਹਦਾ ਵਿਸਾਰ ਕੀਤਾ। ਜਿਹੜੀ ਵੱਡੀ ਗੱਲ ਮੈਂ ਦੇਖੀ ਇਸ ਪਰਿਵਾਰ 'ਚ ਨਿਮਰਤਾ, ਔਰ ਬਗੈਰ ਕਿਸੇ ਲਾਲਚੇ ਦੇ ਪਰ ਨਿਮਰਤਾ ਨਾਲ ਜੀਵਨ ਆਪਦਾ ਜਿਉਂ ਰਿਹਾ ਸਾਰਾ ਪਰਿਵਾਰ। ਇੱਥੋਂ ਪਤਾ ਲੱਗਦਾ ਜਿਸ ਕਰਤਾਰ ਸਿੰਘ ਕਿਸ ਨੇ ਸੇਵਾ ਕੀਤੀ ਸਮਾਜ ਦੀ, ਉਹ ਗੁਰੂ ਦੀ ਕਿਰਪਾ ਰੱਬ ਹੈ ਬੋਲਿਆ ਪਰਿਵਾਰ ਹਰ ਖੇਤਰ ਦੇ ਵਿੱਚ। ਜਿੱਥੋਂ ਤੱਕ ਭਾਈ ਕਰਤਾਰ ਸਿੰਘ ਜੀਵਨ ਦੀ ਗੱਲ ਆ, ਜਿੱਥੇ ਉਹ ਪਿੰਡ ਦੇ ਮੁੱਖ ਸੇਵਾਦਾਰ ਵੀ ਰਹੇ, ਜ਼ਿਲ੍ਹਾ ਪ੍ਰੀਸ਼ਦ ਦੇ ਮੈਂਬਰ ਰਹੇ, ਡਿਵੈਲਪਮੈਂਟ ਦੇ ਚੇਅਰਮੈਨ ਰਹੇ, ਇਹ ਬਹੁਤ ਵੱਡੀ ਸੇਵਾ ਹੁੰਦੀ ਸਮਾਜ 'ਚ। ਉੱਥੇ ਸ਼੍ਰੋਮਣੀ ਅਕਾਲੀ ਦਲ ਜਥੇਬੰਦੀ ਦੀ ਬਹੁਤ ਵੱਡੀ ਸੇਵਾ ਕੀਤੀ। ਅੱਜ ਉਹਨਾਂ ਦਾ ਸਪੁੱਤਰ ਧਰਜੀਤ ਸਿੰਘ ਸੀਨੀਅਰ ਮੀਟ ਪ੍ਰਧਾਨ ਹੋਣ ਦੇ ਨਾਂ 'ਤੇ ਸਾਥੀ ਹੋਣ ਦੇ ਨਾਂ 'ਤੇ ਸੇਵਾ ਕਰ ਰਿਹਾ ਔਰ ਸਮਾਜ ਦੇ ਵਿੱਚ ਵਿਚਰ ਰਿਹਾ। ਇਹ ਬਹੁਤ ਔਖਾ ਕੰਮ ਹੁੰਦਾ, ਕਹਿਣਾ ਬੜਾ ਸੌਖਾ, ਆਪਦਾ ਕਰਤਾ ਨੂੰ ਛੱਡ ਕੇ ਹਰ ਵੇਲੇ ਲੋਕਾਂ ਦੀ ਸੇਵਾ ਕਰਨਾ ਕੋਈ ਸੌਖਾ ਕੰਮ ਨਹੀਂ ਹੁੰਦਾ, ਪਰ ਗੁਰੂ ਦੀ ਕਿਰਪਾ ਇਸ ਪਰਿਵਾਰ ਉੱਤੇ ਆਰਥਿਕ ਤੌਰ 'ਤੇ ਸੌਖੇ, ਆਪਦੇ ਖਰਚੇ ਦੇ ਉੱਤੇ ਸਾਰਾ ਭਾਜਣ ਖਰਚਾ ਜੇ ਲੋਕਾਂ ਦਾ ਬੜਾ ਸਕਦੇ ਹੈ। ਇਸ ਲਈ ਮੇਰਾ ਕਹਿਣ ਤੋਂ ਪਾ ਕੇ ਇਹ ਭਾਈ ਚੇਅਰਮੈਨ ਸਾਹਿਬ ਜਿਹੜੇ ਸੀ ਨਿਰਭਰਤਾ ਬਹੁਤ ਸੀ, ਦਾਸ ਹੈ ਜੀ ਗੁਰਿਸ਼ਟ ਸੀ, ਮੈਨੂੰ ਪਤਾ ਬਹੁਤ ਆਨੰਦ ਮਿਲ ਗਿਆ ਕਿਉਂਕਿ ਗੁਰਿਸ਼ਟ ਦਾ ਵਾਹ ਬੜਾ ਪੈਂਦਾ ਬਦਲੀਆਂ ਨੂੰ, ਲੋਕਾਂ ਦੀ ਬੜੀ ਮਾਣ ਦਿੰਦੀ ਹੈ ਔਰ ਬੜੀ ਨਿਮਰਤਾ ਅਤੇ ਪਿਆਰ ਨਾਲ ਇਹਨਾਂ ਨੂੰ ਮਿਲਣਾ। ਭਾਵੇਂ ਰਿਸ਼ਤੇਦਾਰੀ ਸਾਡੇ ਵੱਡੇ ਥਾਂ 'ਤੇ ਲੱਗਦੇ ਸਨ, ਇਹ ਸਾਡਾ ਸਤਿਕਾਰ ਸੀ ਮੇਰਾ ਉਹਨਾਂ ਨੂੰ ਪੱਜ ਕਰਨਾ, ਪਰ ਮੈਂ ਇਹਨਾਂ 'ਚ ਬਹੁਤ ਵੱਡੀ ਨਿਮਰਤਾ ਦੇਖੀ। ਇਸ ਲਈ ਮੇਰਾ ਕਹਿਣ ਤੋਂ ਭਾਵ ਕਿ ਗੁਰੂ ਦੀ ਕਿਰਪਾ ਅਸੀਂ ਇਸ ਪਰਿਵਾਰ ਦੇ ਉੱਤੇ ਅੱਜ ਵੀ ਹੈ ਔਰ ਰਹੇਗੀ ਵੀ, ਗੁਰੂ ਜੀ ਨਾਲ ਗੁਰੂ ਗ੍ਰੰਥ ਸਾਹਿਬ ਜੁੜੇ ਰਹਿਣ ਤਾਂ ਗੁਰੂ ਨੂੰ ਪੈਸਾ ਰੱਖਦਾ। ਉੱਥੇ ਮੈਂ ਇਸ ਗੱਲ ਤੋਂ ਹੀ ਮੈਂ ਰਾਸ 'ਤੇ ਚਾਹ ਗਿਆ ਸੀਗਾ ਕਿ ਜੇ ਸਰਹੰਦ ਤੋਂ ਪਹਿਲੇ ਮੈਨੂੰ ਸੁਖਦੇਵ ਸਿੰਘ ਢੂੰਸਰ ਜੀ ਦਾ ਫੋਨ ਆਇਆ ਕਿ ਜਿੱਦਾਂ ਜੀ ਪਤਾ ਲੱਗਿਆ ਤੂੰ ਕਿਸ ਤਰ੍ਹਾਂ ਕਿਸੇ ਤਾਂ ਜਾ ਰਹੇ ਹੋ ਭੋਗ ਕੇ ਮਹਾਂ ਜੀ, ਕਹਿੰਦਾ ਮੈਂ ਵੀ ਜਾਣਾ ਸੀਗਾ, ਮੈਂ ਚੱਲ ਦਿੱਲੀ ਤੋਂ ਆ ਗਿਆ ਸੀ ਰਾਤ ਮੇਰਾ ਤਾਂ ਭੋਗ ਕੇ ਜਾਵਾਂ, ਪਰ ਮੈਂ ਰਾਤ 'ਤੇ ਦਾ ਹੋ ਗਿਆ, ਮੈਂ ਜਾ ਨਹੀਂ ਸਕਿਆ। ਮੇਰਾ ਤਾਂ ਸਿਆਸੀ ਜੀਵਨ ਉਹਨਾਂ ਵਿੱਚ ਸ਼ੁਰੂ ਹੋ ਰਿਹਾ ਸੀ, ਉਹਨਾਂ ਨੇ ਮੈਨੂੰ ਦੱਸਿਆ ਫੋਨ ਦੇ ਉੱਤੇ, ਮੈਂ ਕਿਸ ਤਰ੍ਹਾਂ ਕਹਿੰਦੇ ਮੈਂ ਮੰਡੀ ਬਣਿਆ ਸੀ ਬੈਂਕ ਦਾ, ਤਾਂ ਮੇਰੇ ਮੋਢੀ ਇਹੀ ਸਨ ਸਾਰੇ, ਮੈਂ ਇਹਨਾਂ 14-15 ਸਾਲ ਛੋਟਾ ਸੀ ਔਰ ਮੇਰੇ ਮੋਢੀ ਇਹੀ ਸਨ, ਮੇਰਾ ਮਾਵਾਂ ਫਰਜ਼ ਬਣਦਾ ਸੀ, ਇਸ ਲਈ ਮੇਰੀ ਹਾਜ਼ਰੀ ਜ਼ਰੂਰ ਲਾਉ, ਇਸ ਲਈ ਮੈਂ ਉਹ ਜਿੱਥੇ ਆਪਦੀ ਹਾਜ਼ਰੀ ਲਾਉਣਾ ਹੈ ਉੱਥੇ ਉਹਨਾਂ ਦੀ ਹਾਜ਼ਰੀ ਵੀ ਲਾਉਣਾ ਕਿ ਉਹਦੇ ਮਨ 'ਚ ਦਰਦ ਸੀ, ਮੈਂ ਪਹੁੰਚ ਗਿਆ ਕਿ ਮੇਰੇ ਦਰਦ ਤੱਕ ਨਹੀਂ ਪਹੁੰਚ ਸਕੇ। ਇਸ ਲਈ ਵਹਿਮ ਹੋ ਕੇ ਅਰਦਾਸ ਹੈ ਕਿ ਪਰਮਾਤਮਾ
ਭਾਈ ਕਰਤਾਰ ਸਿੰਘ ਚਰਨਾਂ ਨੂੰ ਦਸਤ ਬਖਸ਼ੇ, ਮੋਰ ਪਰਿਵਾਰ ਨੂੰ ਪਾਣਾ ਮਨ ਦਾ ਵਾਲ ਬਖਸ਼ੇ, ਵਾਹਿਗੁਰੂ ਕਿਰਪਾ ਸਾਹਿਬ। ਉਹਨਾਂ ਸਾਰੇ ਹੀ ਪੱਤਰਕਾਰ ਸਾਹਿਬਾਨਾਂ ਦਾ ਵੀ ਬਹੁਤ ਬਹੁਤ ਧੰਨਵਾਦ, ਅਤੇ ਪਰਿਵਾਰ ਵੱਲੋਂ ਉਹਨਾਂ ਦੀ ਯਾਦ ਦੇ ਵਿੱਚ ਲੋਕਾਂ ਦੀ ਸਹੂਲਤ ਦੇ ਲਈ, ਕਿਉਂਕਿ ਵੇਲੇ ਕੁ ਵੇਲੇ ਸਾਨੂੰ ਲੋੜ ਪੈ ਜਾਂਦੀ ਹੈ, ਇੱਕ ਐਂਬੂਲੈਂਸ ਹੈ ਜੋ ਪਰਿਵਾਰ ਵੱਲੋਂ ਉਹ ਪਿੰਡ ਦੇ ਲਈ ਨਗਰ ਦੇ ਲਈ ਦਿੱਤੀ ਗਈ ਹੈ। ਉਹਨਾਂ ਦੀ ਯਾਦ ਦੇ ਵਿੱਚ ਪਰਿਵਾਰ ਦਾ ਵੀ ਸਾਰੇ ਨਗਰ ਵੱਲੋਂ ਧੰਨਵਾਦ, ਅਤੇ ਮੈਂ ਬੇਨਤੀ ਕਰਦਾ ਆਖਰ ਦੇ ਵਿੱਚ ਜਥੇਦਾਰ ਜੈਪਾਲ ਸਿੰਘ ਜੀ ਮੰਡੀ ਆ, ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਉਹ ਆਈ ਹੋਈ ਸੰਗਤ ਦਾ, ਲੀਡਰ ਸਾਹਿਬਾਨ ਦਾ, ਪਰਿਵਾਰ ਵੱਲੋਂ ਧੰਨਵਾਦ ਕਰਨਗੇ ਮੰਡੀਆ ਸਾਹਿਬ। ਸਾਡੀ ਪਾਵਨ ਪਵਿੱਤਰ ਹਜ਼ੂਰੀ ਦੇ ਵਿੱਚ ਸਾਡੇ ਬਹੁਤ ਸਤਿਕਾਰਯੋਗ ਸਾਡੇ ਬਾਪੂ ਕਰਤਾਰ ਸਿੰਘ ਜੀ, ਅੰਤਮ ਅਰਦਾਸ ਜੁੜਦੇ ਜੀ, ਗੁਰੂ ਸਵਾਜੀ ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਹਾ ਕਿਰੀ ਲਿਖਿਆ ਤਿਹਾ ਹੁਕਮ ਕੁਮਾਰੇ ਕਲੇ ਆਵੇ ਨਾਨਕਾ, ਸਾਡੇ ਰੱਸੀ ਜਾਏ ਦੇ ਮਾਂ ਬਾਪ ਅਨੁਸਾਰ ਸਾਨੂੰ ਸਾਡੇ ਬਜ਼ੁਰਗ ਸਦੀਵ ਵਿਛੋੜਾ ਦੇ ਗਏ ਨੇ, ਉਹਨਾਂ ਦੀ ਜਾਨ ਦਾ ਵਿਛੋੜੇ ਦਾ ਜਿੱਥੇ ਪਰਿਵਾਰ ਦਾ ਨੂੰ ਬਹੁਤ ਵੱਡਾ ਘਾਟਾ ਪਿਆ, ਉੱਥੇ ਪਿੰਡ ਵਾਸੀ ਸਮੁੱਚੇ ਇਲਾਕੇ ਨੂੰ ਵੀ ਉਹਨਾਂ ਦੇ ਜਾਣ ਦਾ ਬਹੁਤ ਵੱਡਾ ਵਿਛੋੜੇ ਦਾ ਦੁੱਖ ਹੈ, ਕਿਉਂਕਿ ਇਹ ਜਿਹੜਾ ਪਰਿਵਾਰ ਹੈ ਇਹ ਧਾਰਮਿਕ ਤੌਰ 'ਤੇ, ਸਮਾਜਿਕ ਤੌਰ 'ਤੇ, ਰਾਜਨੀਤਿਕ ਤੌਰ 'ਤੇ ਸਾਰੇ ਪੱਖਾਂ ਦੇ ਉੱਤੋਂ ਹੀ ਇਹ ਜਿੱਥੇ ਸ਼੍ਰੋਮਣੀ ਅਕਾਲੀ ਦਲ ਨਾਲ ਜੁੜਿਆ ਹੈ, ਉੱਥੇ ਪਿੰਡ ਦੇ ਗੁਰੂ ਘਰ ਦੇ ਕਾਰਜ ਨਾਲ, ਸਮਾਜ ਸੇਵੀ ਕਾਰਜਾਂ ਨਾਲ, ਇਲਾਕੇ ਦੇ ਸਮਾਜ ਸੇਵੀ ਕਾਰਜਾਂ ਨਾਲ ਬਹੁਤ ਵੱਡਾ ਜੋ ਯੋਗਦਾਨ ਪਾ ਰਹੇ ਨੇ, ਇਹਨਾਂ ਦੇ ਜਾਣ ਦਾ ਸਾਡੇ ਸਮੁੱਚੇ ਇਲਾਕੇ ਨੂੰ ਘਾਟਾ ਪਿਆ। ਅੱਜ ਸਾਡੇ ਸਾਰੇ ਇਲਾਕੇ ਦੇ ਵਿੱਚੋਂ ਇਸ ਦੁੱਖ ਦੀ ਘੜੀ ਦੇ ਵਿੱਚ ਸਰ ਤਰਨਜੀਤ ਸਿੰਘ ਦੇ ਸਮੁੱਚੇ ਪਰਿਵਾਰ ਨੂੰ ਦੁੱਖ ਵੰਡਾਉਣ ਵਾਸਤੇ ਸਾਡੇ ਇਲਾਕੇ ਦੇ ਸਾਰੇ ਬਲਾਕ ਸੰਮਤੀ ਜ਼ਿਲ੍ਹਾ ਪ੍ਰੀਸ਼ਦ ਦੇ ਹੋਰ ਸਾਡੇ ਬਹੁਤ ਵੱਡੀ ਸੇਵਾ ਉਹ ਸਮਾਜ ਦੀ ਅਤੇ ਪੰਥ ਦੀ ਕੀਤੀ ਹੈ। ਮੇਰਾ ਅਤੇ ਇਹਨਾਂ ਦੇ ਨਾਲ ਬਹੁਤ ਨਿੱਜੀ ਸੀ, ਕਿਉਂਕਿ ਮੇਰੇ ਪਿਤਾ ਜੀ ਅਤੇ ਸਰਦਾਰ ਕਰਤਾਰ ਸਿੰਘ ਇਕੱਠੇ ਕੰਮ ਕੀਤਾ, ਇਹਨਾਂ ਦੇ ਇਕੱਠੇ ਰਹੇ ਜ਼ਿਲ੍ਹਾ ਪ੍ਰੀਸ਼ਦ ਦੀ ਚੇਅਰਮੈਨ ਵਾਕਿੰਗ ਕਮੇਟੀ ਦੇ ਹੁੰਦੇ ਸੀ, ਜਿੱਧਰ ਹੁੰਦੇ ਸੀ ਬਹੁਤ ਨਵਾਂ ਸਮਾਂ ਬਹੁਤ ਇਹਨਾਂ ਨੇ ਇਕੱਠਾ ਬਤੀਤ ਕੀਤਾ। ਮੇਰਾ ਤੇ ਜਿੰਨਾ ਤਰਜੀਤ ਸਿੰਘ ਨੂੰ ਪਿਆਰ ਕਰਦੇ ਸੀ ਉਨਾ ਹੀ ਮੈਨੂੰ ਕਰਦੇ ਸੀ, ਮੈਂ ਜਦੋਂ ਵੀ ਆਉਣਾ ਬਹੁਤ ਮੇਰਾ ਸਤਿਕਾਰ ਗੁਰਦੁਆਰਾ ਸਿੰਘ ਸਭਾ ਬਾਕਲਾ 55 ਸੌ ਰੁਪਇਆ, ਸ਼ਮਸ਼ਾਨ ਘਾਟ ਬਾਕਲਾ 2100 ਰੁਪਇਆ, ਸਰਕਾਰੀ ਮਿਡਲ ਸਕੂਲ ਬਾਕਲਾ 2100 ਰੁਪਇਆ, ਬਾਬਾ ਗਰਦਾ ਸਿੰਘ ਜੀ ਵਾਹਿਗੁਰੂ ਜੀ।